ਮੈਂ ਸੁਣਿਆ ਤੇਰੇ ਦਰ ਤੋਂ ਸਾਈਆ, ਖਾਲੀ ਕੋਈ ਨਾ ਮੁੜਿਆ। ਖਾਲੀ ਕੋਈ ਨਾ ਮੁੜਿਆ। ਸੁਣਿਆ ਤੇਰੇ ਦਰ ਤੋਂ ਸਾਈਆ, ਖਾਲੀ ਕੋਈ ਸਾਈਆ, ਖਾਲੀ ਕੋਈ ਨਾ ਮੁੜਿਆ। ਸੁਣਿਆ ਤੇਰੇ ਦਰ ਤੋਂ ਸਾਈਆ, ਖਾਲੀ ਕੋਈ ਨਾ ਮੁੜਿਆ। ਸੁਣਿਆ ਤੇਰੇ ਦਰ ਤੋਂ ਸਾਈਆ, ਖਾਲੀ ਕੋਈ ਨਾ ਮੁੜਿਆ। ਸੁਣਿਆ ਤੇਰੇ ਦਰ ਤੋਂ ਸਾਈਆ, ਖਾਲੀ ਕੋਈ ਨਾ ਮੁੜਿਆ। ਸੁਣਿਆ ਤੇਰੇ ਦਰ ਤੋਂ ਸਾਈਆ, ਖਾਲੀ ਕੋਈ ਨਾ ਮੁੜਿਆ। ਸੁਣਿਆ ਤੇਰੇ ਦਰ ਤੋਂ ਸਾਈਆ, ਖਾਲੀ ਕੋਈ ਨਾ ਮੁੜਿਆ। ਸੁਣਿਆ ਤੇਰੇ ਦਰ ਤੋਂ ਸਾਈਆ, ਖਾਲੀ ਕੋਈ ਨਾ। ਬੋਲੋ ਜੀ, ਸੁਣਿਆ ਤੇਰੇ, ਖਾਲੀ ਕੋਈ ਨਾ ਮੁੜਿਆ। ਗੱਜ ਕੇ ਸਾਈਆ, ਖਾਲੀ ਕੋਈ ਨਾ ਮੁੜਿਆ। ਖਾਲੀ ਕੋਈ ਨਾ ਮੁੜਿਆ ਸਾਈਆ, ਖਾਲੀ ਕੋਈ ਨਾ ਮੁੜਿਆ। ਖਾਲੀ ਕੋਈ ਨਾ ਮੁੜ
ਵਾਹਿ ਗੁਰੂ 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 ਵਾਹਿ ਤੇਰਾ ਦਰ ਹੈ ਬਰਕਤਾਂ ਵਾਲਾ 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 ਤੇਰਾ ਦਰ ਹੈ ਬਰਕਤਾਂ ਤੇਰਾ ਦਰ ਤੇਰਾ ਦਰ ਹੈ ਬਰਕਤਾਂ ਵਾਲਾ 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 ਬਾਬਾ ਹਨੂੰਮਾਨ ਸਿੰਘ ਜੀ ਬਾਬਾ ਹਨੂੰਮਾਨ ਸਿੰਘ ਜੀ ਤੇਰਾ ਦਰ ਹੈ ਬਰਕਤਾਂ ਵਾਲਾ ਬਾਬਾ ਹਨੂੰਮਾਨ ਸਿੰਘ ਜੀ ਤੇਰਾ ਦਰ ਹੈ ਬਰਕਤਾਂ ਵਾਲਾ ਬਾਬਾ ਹਨੂੰਮਾਨ ਸਿੰਘ ਜੀ ਤੇਰਾ ਦਰ ਹੈ ਬਰਕਤਾਂ ਵਾਲਾ ਬਾਬਾ ਹਨੂੰਮਾਨ ਸਿੰਘ ਜੀ ਤੇਰਾ ਦਰ ਹੈ ਬਰਕਤਾਂ ਵਾਲਾ ਬਾਬਾ ਹਨੂੰਮਾਨ ਸਿੰਘ ਜੀ ਤੇਰਾ ਬਾਬਾ ਹਨੂੰਮਾਨ ਸਿੰਘ ਜੀ ਤੇਰਾ ਦਰ ਹੈ ਬਰਕਤਾਂ ਵਾਲਾ ਬਾਬਾ ਹਨੂੰਮਾਨ ਸਿੰਘ ਜੀ ਦਰ ਹੈ ਬਰਕਤਾਂ ਵਾਲਾ ਬਾਬਾ ਹਨੂੰਮਾਨ ਸਿੰਘ ਜੀ ਤੇਰਾ ਦਰ ਹੈ ਬਰਕਤਾਂ ਵਾਲਾ ਬਾਬਾ ਹਨੂੰਮਾਨ ਸਿੰਘ ਜੀ ਤੇਰਾ ਦਰ ਹੈ ਬਰਕਤਾਂ ਵਾਲਾ ਬਾਬਾ ਹਨੂੰਮਾਨ ਸਿੰਘ ਜੀ ਡੁੱਬਦਾ ਵੇੜਾ ਪਾਰ ਕਰੋ ਸਾਡਾ ਡੁੱਬਦਾ ਵੇੜਾ ਪਾਰ ਕਰੋ ਡੁੱਬਦਾ ਵੇੜਾ ਪਾਰ ਕਰੋ ਸਾਡਾ ਡੁੱਬਦਾ ਵੇੜਾ ਪਾਰ ਕਰੋ ਸਾਡਾ ਡੁੱਬਦਾ ਵੇੜਾ ਪਾਰ ਕਰੋ ਡੁੱਬਦਾ ਵੇੜਾ ਪਾਰ ਕਰੋ ਸਾਡਾ ਡੁੱਬਦਾ ਵੇੜਾ ਪਾਰ ਕਰੋ ਸਾਡਾ ਡੁੱਬਦਾ ਵੇੜਾ ਪਾਰ ਕਰੋ ਤੇਰਾ ਦਰ ਹੈ ਬਰਕਤਾਂ ਵਾਲਾ ਬਾਬਾ ਹਨੂੰਮਾਨ ਸਿੰਘ ਜੀ ਬਾਬਾ ਹਨੂੰਮਾਨ ਸਿੰਘ ਜੀ ਤੇਰਾ ਦਰ ਹੈ ਬਰਕਤਾਂ ਵਾਲਾ ਬਾਬਾ ਹਨੂੰਮਾਨ ਸਿੰਘ ਜੀ ਤੇਰਾ ਦਰ ਹੈ ਬਰਕਤਾਂ ਵਾਲਾ ਬਾਬਾ ਹਨੂੰਮਾਨ ਸਿੰਘ ਜੀ ਤੇਰਾ ਦਰ ਹੈ ਬਰਕਤਾਂ ਵਾਲਾ ਮਾਨ ਸਿੰਘ ਜੀ ਤੇਰਾ ਬਾਬਾ ਹਨੂੰਮਾਨ ਸਿੰਘ ਜੀ ਤੇਰਾ ਦਰ ਹੈ ਬਰਕਤਾਂ ਵਾਲਾ ਮੈਂ ਸੁਣਿਆ ਤੇਰੇ ਦਰ ਤੋਂ ਸਾਈਆਂ ਖਾਲੀ ਕੋਈ ਨਾ ਮੁੜਿਆ ਸੁਣਿਆ ਤੇਰੇ ਦਰ ਤੋਂ ਸਾਈਆਂ ਖਾਲੀ ਕੋਈ ਨਾ ਮੁੜਿਆ ਸੁਣਿਆ ਤੇਰੇ ਦਰ ਤੋਂ ਸਾਈਆਂ ਖਾਲੀ ਕੋਈ ਨਾ ਮੁੜਿਆ ਸੁਣਿਆ ਤੇਰੇ ਦਰ ਤੋਂ ਸਾਈਆਂ ਖਾਲੀ ਕੋਈ ਨਾ ਮੁੜਿਆ ਬੋਲ
ਲੋ ਖਾਲੀ ਕੋਈ ਨਾ ਮੈਂ ਸੁਣਿਆ ਤੇਰੇ ਟੁਕੜੇ ਟੁਕੜੇ ਹੋਇਆ ਐ ਦਿਲ ਮੇਰ ਤੇਰੀ ਨਾਲ ਜੁੜਿਆ ਟੁਕੜੇ ਟੁਕੜੇ ਹੋਇਆ ਐ ਦਿਲ ਮੇਰ ਤੇਰੀ ਨਾਲ ਜੁੜਿਆ ਟੁਕੜੇ ਟੁਕੜੇ ਹੋਇਆ ਐ ਦਿਲ ਮੇਰ ਤੇਰੀ ਨਾਲ ਜੁੜਿਆ ਟੁਕੜੇ ਟੁਕੜੇ ਹੋਇਆ ਐ ਦਿਲ ਮੇਰ ਤੇਰੀ ਨਾਲ ਜੁੜਿਆ ਦਿਲ ਮੇਰ ਤੇਰੀ ਨਾਲ ਜੁੜਿਆ ਮੇਰੀ ਵੀ ਸੁਣ ਨੇੜੇ ਹੋ ਕੇ 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 ਹੂਕ ਦਰਦ ਦੀ ਕੋਈ ਮੇਰੀ ਵੀ ਸੁਣ ਨੇੜੇ ਹੋ ਕੇ ਹੂਕ ਦਰਦ ਦੀ ਕੋਈ ਮੇਰੀ ਵੀ ਸੁਣ ਨੇੜੇ ਹੋ ਕੇ ਹੂਕ ਦਰਦ ਦੀ ਕੋਈ ਮੇਰੀ ਵੀ ਸੁਣ ਨੇੜੇ ਹੋ ਕੇ ਹੂਕ ਦਰਦ ਦੀ ਕੋਈ ਮੇਰੀ ਵੀ ਸੁਣ ਹੂਕ ਦਰਦ ਦੀ ਮੇਰੀ ਵੀ ਸੁਣ ਹਾਂ ਖੈਰ ਦੀਦ ਦੀ ਪਾ ਦਿਓ ਸਾਈਆਂ 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 ਰੂਹ ਬੇਸਬਰੀ ਹੋਈ ਖੈਰ ਦੀਦ ਦੀ ਪਾ ਦਿਓ ਸਾਈਆਂ ਰੂਹ ਬੇਸਬਰੀ ਹੋਈ ਖੈਰ ਦੀਦ ਦੀ ਪਾ ਦਿਓ ਸਾਈਆਂ ਰੂਹ ਬੇਸਬਰੀ ਹੋਈ ਹਾਂ ਖੈਰ ਦੀਦ ਦੀ ਪਾ ਦਿਓ ਸਾਈਆਂ ਰੂਹ ਬੇਸਬਰੀ ਹੋਈ ਖੈਰ ਦੀਦ ਦੀ ਰੂਹ ਬੇਸਬਰੀ ਹਾਂ ਸੁਣਿਆ ਤੇਰੇ ਦਰ ਤੋਂ ਸਾਈਆਂ ਖਾਲੀ ਕੋਈ ਨਾ ਮੁੜਿਆ ਟੁਕੜੇ ਟੁਕੜੇ ਹੋਇਆ ਐ ਦਿਲ ਮਿਹਰ ਤੇਰੀ ਨਾਲ ਜੁੜਿਆ ਮੇਰੀ ਵੀ ਸੁਣ ਨੇੜਿਓ ਹੋ ਕੇ ਹੂਕ ਦਰਦ ਦੀ ਕੋਈ ਖੈਰ ਦੀਦ ਦੀ ਪਾ ਦਿਓ ਸਾਈਆਂ ਰੂਹ ਬੇਸਬਰੀ ਹੋਈ ਦਰਸ਼ਨ ਪਿਆਸੀ ਦਿਨ ਸਰਾਤ ਚਿਤਵੋ ਅਨ ਦਿਨ ਨੀਤ ਖੋਲ ਕਪਟ ਗੁਰਮੇਲੀਆ ਨਾਨਕ ਹਰ ਸੰਗ ਮੀਤ ਭਾਗਾਂ ਵਾਲੀਆਂ ਘੜੀਆਂ ਨੇ ਧੰਨ ਗੁਰੂ ਨਾਨਕ ਪਾਤਸ਼ਾਹ ਦਾ ਅਵਤਾਰ ਦਿਹਾੜਾ ਸ਼ਰਧਾ ਭਾਵਨਾ ਨਾਲ ਮਨਾ ਰਹੇ ਹੋ ਧੰਨ ਕਰਕੇ ਆਇਓ ਮਨ ਕਰਕੇ ਵੀ ਹਾਜ਼ਰੀਆਂ ਲਾਓ ਕਿਉਂਕਿ ਕੱਲ੍ਹ ਵੀ ਮੈਂ ਬਹਿੰਦਾ ਪਿਆ ਕੱਲ੍ਹ ਵੀ ਵੇਖਿਆ ਆਉਣ ਵਾਲੇ ਬੜੇ ਨੇ ਦਰਬਾਰ ਵਿੱਚ ਆਉਣ ਵਾਲਿਆਂ ਦੀ ਕਮੀ ਨਹੀਂ ਮਨ ਜੋੜ ਕੇ ਬਹਿਣ ਵਾਲੇ ਵਿਰਲੇ ਨੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਇਹ ਸਾਡਾ ਨਹੀਂ ਕਸੂਰ
ਇਹ ਸਮਾਂ ਕਲ ਯੁੱਗ ਦਾ ਪ੍ਰਭਾਵ ਪੈ ਗਿਆ, ਸਾਡੇ ਕੋਲ ਕਾਲੀਆਂ ਆ ਗਈਆਂ। ਜਿਹੜਾ ਬੰਦਾ ਕਾਲਾ ਹੁੰਦਾ ਨਾ, ਉਹ ਬਹਿੰਦਾ ਨਹੀਂ, ਆਖੋ ਸਤਨਾਮ ਸ੍ਰੀ ਵਾਹ। ਜਿਹਦੀਆਂ ਕਾਲੀਆਂ ਮੁੱਕ ਜਾਣ, ਜਿਹਦੇ ਪੱਲੇ ਸਹਿਜਾ ਜੇ, ਉਹ ਚੌਂਕੜਾ ਮਾਰ ਕੇ ਬਹਿ ਜਾਂਦਾ। ਜਿਹੜਾ ਚੌਂਕੜਾ ਮਾਰ ਕੇ ਬਹਿ ਗਿਆ, ਮਨ ਮੰਨੇ ਗੂੜੀ ਪ੍ਰੀਤ ਦੀ ਨਿਸ਼ਾਨੀ ਹੈ। ਜੇ ਆਪ ਜੀ ਆਏ ਹੋ, ਤਨ ਕਰਕੇ ਆਉਣਾ, ਮਨ ਕਰਕੇ ਹਾਜ਼ਰ ਹੋਣਾ, ਇਹ ਵੱਡੀ ਗੱਲ ਆ। ਦੋਵੇਂ ਹੱਥ ਜੋੜ ਕੇ ਮਨ ਹਾਜ਼ਰ ਕਰਕੇ ਸੀਸ ਨਵਾ ਕੇ ਇੱਕੋ ਵਾਰੀ ਕਹਿਣ ਤੇ ਸਾਰੇ ਗੱਜ ਕੇ ਆਖਿਓ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪਾਂ ਮਾਲਕ ਜੀ ਦੇ ਚਰਨਾਂ ਵਿੱਚ ਜੇ ਆਉਂਦੇ ਹਾਂ, ਕੇਵਲ ਤੇ ਕੇਵਲ ਅਰਦਾਸ ਕਰਨ ਆਉਂਦੇ ਹਾਂ। ਘਰੋਂ ਆਪਾਂ ਕਹਿ ਕੇ ਆਉਂਦੇ ਹਾਂ, ਮੈਂ ਗੁਰੂ ਘਰ ਜਾਇਆ ਵਾਂ, ਅਰਦਾਸ ਕਰਾਇਆ ਵਾਂ। ਮਹਾਰਾਜ ਕੀ ਕਹਿੰਦੇ ਨੇ, ਬਿਰਥੀ ਕਦੇ ਨਾ ਹੋਵਈ ਜਨ ਕੀ ਅਰਦਾਸ। ਕਿਸੇ ਰਾਗੀ ਦੀ ਨਹੀਂ, ਕਿਸੇ ਹੈੱਡ ਗ੍ਰੰਥੀ ਦੀ ਨਹੀਂ, ਕਿਸੇ ਜਥੇਦਾਰ ਦੀ ਨਹੀਂ, ਕਿਸੇ ਢਾਡੀ ਦੀ ਅਰਦਾਸ ਨਹੀਂ। ਮਹਾਰਾਜ ਕਹਿੰਦੇ ਇਹ ਜਨ ਕੀ ਅਰਦਾਸ, ਜਿਹੜੇ ਜਨ ਬਣ ਕੇ ਅਰਦਾਸ ਕਰ ਲੈਣ। ਸੇਵਕ ਬਣ ਕੇ ਆਉਣ ਵਾਲਾ ਬਿਰਲਾ ਬਿਰਲਾ ਕਲਯੁੱਗ ਦਾ ਸਮਾਂ, ਕਹੋ ਨਾਨਕ ਕਿਰਪਾ ਕਰੇ ਜਿਸਨੂੰ ਇਹ ਬਥ ਦੇ, ਜਗ ਮੈਂ ਉੱਤਮ ਕਾਂਢੀਏ ਬਿਰਲੇ ਕੇ ਕੇ। ਮਹਾਰਾਜ ਕਹਿੰਦੇ, ਬਾਬਾ ਕਬੀਰ ਜੀ ਨੂੰ ਪ੍ਰੇਮ ਵਾਲੇ ਕਹਿੰਦੇ, ਬਾਬਾ ਕਬੀਰ ਜੀ ਆਓ ਚੱਲੀਏ ਮੇਲਾ ਵਿਖਾ ਕੇ ਲਿਆਈਏ ਤੁਹਾਨੂੰ। ਬਾਬਾ ਕਬੀਰ ਜੀ ਮੇਲਾ ਵੇਖਣ ਚੱਲੀਏ, ਬਾਬਾ ਕਬੀਰ ਜੀ ਕਹਿੰਦੇ ਚੱਲ ਭਾਈ, ਚੱਲ ਆ ਪਾਇਆ। ਸਾਰੇ ਮੇਲੇ ਵਿੱਚੋਂ ਲੰਘਿਆ ਗੇੜਾ ਦੇ ਕੇ, ਸਾਰੇ ਮੇਲੇ ਵਿੱਚੋਂ। ਜਦੋਂ ਮੇਲਾ ਵੇਖ ਕੇ ਵਾਪਸ ਆਏ, ਪ੍ਰੇਮ ਵਾਲੇ ਕਹਿੰਦੇ, ਬਾਬਾ ਕਬੀਰ ਜੀ ਆਨੰਦ ਆਇਆ ਕੋਈ? ਜਿਹੜੇ ਰੱਬ ਦੇ ਪਿਆਰੇ ਨੇ, ਬੇਪਰਵਾਹੇ ਨੇ, ਆਪਾਂ ਤਾਂ ਮੂੰਹ ਰੱਖ ਲੈਂਦੇ ਹਾਂ ਨਾ ਵੀ ਜੇ ਮੈਂ ਕਹਿ ਦਿੱਤਾ ਮੇਲਾ ਵੇਖਣ ਦਾ ਆਨੰਦ ਨਹੀਂ ਆਇਆ, ਇਹਨੇ ਉਲਾਮਾ ਦੇਣਾ। ਜਿਹੜਾ ਗੱਲ, ਜਿਹੜਾ ਪੈਰ ਪੈਰ 'ਤੇ ਮੂੰਹ ਰੱਖਦਾ ਫਿਰੇ ਨਾ, ਉਹਨੂੰ ਮੂਰਖ ਕਹਿੰਦੇ ਨੇ। ਆਖੋ ਸਤਨਾਮ ਸ੍ਰੀ ਵਾਹ। ਬਾਬਾ ਕਬੀਰ ਜੀ ਬੇਪਰਵਾਹੇ ਕਹਿੰਦੇ, ਬਾਬਾ ਜੀ ਮੇਲਾ ਵੇਖਿਆ ਆਨੰਦ ਆਇਆ। ਬਾਬਾ ਕਬੀਰ ਜੀ ਕਹਿੰਦੇ ਕੱਖ ਵੀ ਨਹੀਂ ਆਇਆ, ਕੱਖ ਵੀ। ਕਹਿੰਦੇ ਕਿਉਂ ਮਹਾਰਾਜ, ਇੰਨਾ ਇਕੱਠ ਹੋਇਆ, ਇੰਨੇ ਬਾਜੇ ਗਾਜੇ ਵੱਜੇ, ਇੰਨੇ ਚੰਡੋਲ ਝੂਟਦੇ ਨੇ ਲੋਕੀ, ਆਨੰਦ ਕਿਉਂ ਨਹੀਂ ਆਇਆ? ਬਾਬਾ ਕਬੀਰ ਜੀ ਕਹਿੰਦੇ, ਮੈਨੂੰ ਕੋਈ ਗੁਰੂ ਦੇ ਪ੍ਰੇਮ ਵਾਲਾ ਨਹੀਂ ਮਿਲਿਆ। ਆਖੋ ਸਤਨਾਮ। ਆਪਣੇ ਰੰਗਾਂ ਵਿੱਚ ਮਸਤ ਸਾਰੇ ਨੇ, ਨਾਟਕ ਚਾਟਕ ਰੰਗ ਤਮਾਸ਼ੇ ਵੇਖਣ ਵਾਲੇ ਸਭ ਨੇ, ਪਰ ਕੋਈ ਇੱਦਾਂ ਦਾ ਨਹੀਂ ਮਿਲਿਆ ਜਿਹੜਾ ਚੌਂਕੜਾ ਮਾਰੀ ਬੈਠਾ ਹੋਵੇ ਆਪਣੇ ਆਨੰਦ ਵਿੱਚ। ਕਈ ਵਾਰੀ ਵੇਖਿਓ, ਬੱਸ ਵਿੱਚ ਚੜ੍ਹ ਜਾਂਦੇ ਹੋ ਨਾ, ਸਾਰੇ ਹੱਥਾਂ ਵਿੱਚ ਮੋਬਾਈਲ ਫੜੀ ਬੈਠੇ ਹੁੰਦੇ ਨੇ। ਕਦੀ ਵੇਖਿਓ ਕੋਈ ਇੱਦਾਂ ਦਾ ਵੀ ਹੈ ਜਿਹੜਾ ਜਪਜੀ ਸਾਹਿਬ ਦਾ ਪਾਠ ਕਰਦਾ ਹੋਵੇ? ਅਸੀਂ ਹਜ਼ੂਰ ਸਾਹਿਬ ਤੋਂ ਆਏ ਹਾਂ, ਮੈਂ ਸੱਚ ਕਹਿੰਦਾ, ਮੈਂ ਕੰਨਾਂ ਵਿੱਚ ਸਹਿਜ ਪਾਠ ਲਾ ਲਿਆ, 250-300 ਅੰਗ ਜਾਂਦੀ ਜਾਂਦੀ ਹੋ ਗਿਆ ਸੁਣਿਆ, 250-300 ਅੰਗ ਮੁੜਦਿਆਂ ਹੋ ਗਿਆ। ਮੈਂ ਕਹਿੰਦਾ ਇੰਨਾ ਆਨੰਦ ਆ ਗਿਆ, ਅੱਖਾਂ ਬੰਦ ਕਰਕੇ ਕਦੋਂ ਕਿਹੜਾ ਸ਼ਹਿਰ ਆਇਆ ਪਤਾ ਹੀ ਨਹੀਂ ਲੱਗਿਆ। ਇਹ ਸੁਣਿਓ,
ਮਹਾਰਾਜ ਕਹਿੰਦੇ ਨੇ ਸੁਣਿਆ ਮੰਨਿਆ ਮਨ ਕੀਤਾ ਭਾਓ, ਸੁਣਿਆ ਮੰਨਿਆ ਮਨ ਵਿੱਚ ਪ੍ਰੇਮ ਵੱਸ ਜਾਏ। ਜਦੋਂ ਬੰਦਾ ਸੁਣ ਲੈਂਦਾ ਨਾ, ਹੁਣ ਜੇ ਤੁਸੀਂ ਕਨੇਡਾ ਬਾਰੇ ਸੁਣ ਲਿਆ, ਤੁਹਾਡਾ ਮਨ ਕਰਦਾ ਵੀ ਜਾਣਾ। ਅਮੈਰੀਕਾ ਦੀਆਂ ਗੱਲਾਂ ਘੰਟਾ ਬੰਦਾ ਕਰੀ ਜਾਵੇ, ਤੁਹਾਡਾ ਮਨ ਕਰਦਾ ਵੀ ਜਾਣਾ। ਜਦੋਂ ਤੁਸੀਂ ਅੰਮ੍ਰਿਤਮਈ ਬਾਣੀ ਸੁਣੋਗੇ, ਤੁਹਾਡਾ ਸਵੇਰੇ ਜਾਗਣ ਨੂੰ ਮਨ ਕਰੇ ਤਾਂ ਸੁਣਿਆ ਮੰਨਿਆ ਮਨ ਕੀਤਾ ਭਾਓ ਆ। ਜੇ ਸੁਣਦਾ ਤਾਂ ਰਿਹਾ, ਉੱਠਿਆ 8 ਵਜੇ, ਉੱਠਿਆ 11 ਵਜੇ, ਫਿਰ ਨਹੀਂ। ਉਹ ਕੋਈ ਮਿਲੇ, ਕੋਈ ਰੱਬ ਦਾ ਪਿਆਰਾ ਜਿਹੜਾ ਆਹ ਰਾਹ 'ਤੇ ਤੋਰ ਦੇਵੇ। ਮੈਨੂੰ ਆਪਣੀ ਜ਼ਿੰਦਗੀ ਵਿੱਚ ਇੱਦਾਂ ਦੇ ਬੰਦੇ ਮਿਲੇ ਨੇ, ਬਾਬਾ ਜੀ ਆਹ ਮੇਰਾ ਯਾਰ ਵੇਲੀ ਬੈਠਾ, ਇਹ ਮੈਨੂੰ 4 ਵਜੇ ਜਗਾਉਂਦਾ ਰਿਹਾ। ਜੇ ਮੈਂ ਨਾ ਉੱਠਿਆ, ਜੱਗ ਭਰ ਕੇ ਪਾਣੀ ਦਾ ਵੀ ਪਾਉਂਦਾ ਰਿਹਾ। ਆਖੋ ਸਤਨਾਮ। ਇਹ ਘਾਲਣਾ ਵੱਡੀ ਆ, ਵੱਡੀ। ਫਿਰ ਕਹਿਣਗੇ ਯਾਰ ਵੇਲੀ ਨਹੀਂ ਬਾਬਾ ਜੀ, ਇਹ ਤਾਂ ਰੱਬ ਵਰਗਾ, ਰੱਬ ਵਰਗਾ। ਇਹਨੇ ਮੈਨੂੰ ਜੋੜਿਆ ਨਿਤਨੇਮ ਦੇ ਨਾਲ, ਇਹਨੇ ਮੈਨੂੰ ਸੰਥਿਆ ਕਰਾਈ, ਸੁਖਮਨੀ ਸਾਹਿਬ ਪੜ੍ਹਨਾ ਸਿਖਾਇਆ, ਇਹਨੇ ਸਹਿਜ ਪਾਠ ਕਰਨਾ ਸਿਖਾਇਆ। ਕੋਈ ਮਿਲੇ ਇੱਦਾਂ ਦਾ, ਬਾਬਾ ਅਜੀਤ ਸਿੰਘ ਜੀ ਹੰਸਾਲੀ ਸਾਹਿਬ ਵਾਲਿਆਂ ਵਰਗਾ ਕੋਈ ਮਿਲੇ, ਜਿਹੜੇ ਚੁੱਪ ਬਹਿ ਕੇ ਵੀ ਤਾਰ ਗਏ। ਆਖੋ ਸਤਨਾਮ। ਕਿੰਨੇ ਕੁ ਵਚਨ ਕਰਦੇ ਸੀ ਬਾਬਾ ਜੀ ਹੰਸਾਲੀ ਸਾਹਿਬ ਵਾਲੇ, ਜਿਨ੍ਹਾਂ ਨੇ ਦਰਸ਼ਨ ਕੀਤੇ ਨੇ। 100 ਦੇ ਵਿੱਚੋਂ ਕਿਸੇ ਬਿਰਲੇ ਨੂੰ 1 ਜਾਂ 2 ਵਚਨ ਕਹਿੰਦੇ ਸੀ ਬਿਰਲੇ ਨੂੰ। ਮੈਨੂੰ ਅੱਜ ਵੀ ਯਾਦ ਆ ਗਿਆ, ਅਸੀਂ 2013 ਵਿੱਚ ਆਏ, ਬਾਬਾ ਜੀ ਮਿਲੇ, ਉਹਨਾਂ ਨੇ 15 ਵਿੱਚ ਸਰੀਰ ਛੱਡਿਆ, 2 ਸਾਲ ਪਹਿਲਾਂ ਦੀ ਬਾਤ ਆ। ਮੈਨੂੰ ਕਹਿੰਦੇ ਭਾਈ ਕਿੱਥੋਂ ਆਏ ਹੋ, ਕੀਰਤਨ ਕਰਕੇ ਆਏ ਹੋ, ਰਾਤ ਦੇ 11 ਵਜੇ ਹੋਏ, ਭਾਈ ਕੀਰਤਨ ਕਰਕੇ ਆਏ ਹੋ। ਮੈਂ ਇੰਨੇ ਗਿਆ, ਸਤ ਵਚਨ ਮਹਾਂਪੁਰਸ਼, ਹਾਂਜੀ ਸਤ ਵਚਨ ਜੀ। ਕਹਿੰਦੇ ਜੇ ਕੀਰਤਨ ਕਰਕੇ ਆਇਓ, ਕੀਰਤਨ ਕਰਦੀ ਰਹੋਗੇ। ਆਖੋ ਸਤਨਾਮ। ਜੇ ਕੀਰਤਨ ਕਰਕੇ ਆਇਓ ਤੇ ਕੀਰਤਨ ਕਰਦੀ ਰਹੋਗੇ। ਸਾਧੂ ਬੋਲੇ ਸਹਿਜ ਸੁਭਾਏ, ਸਾਧੂ ਕਾ ਬੋਲਿਆ ਬਿਰਥਾ ਨਾ ਜਾਏ। ਮੈਂ ਅੱਜ ਸਵੇਰੇ ਜਦੋਂ ਤਿਆਰ ਹੁੰਦਾ ਸੀ, ਦਸਤਾਰ ਬੰਨਦਾ ਪਿਆ ਸੀ, ਮੈਂ ਕਿਹਾ ਵੀ ਕਹਿਣਾ ਹੀ ਸੌਖਾ, ਦੀਵਾਨ ਲਾਉਣੇ ਇਹ ਵੇਖ ਵੇਖ ਕੀ। ਉਦੋਂ ਚਾਹ ਹੁੰਦਾ ਸੀ ਵੀ ਪਤਾ ਨਹੀਂ ਕਿੰਨੀਆਂ ਕੁ ਮੌਜਾਂ ਨੇ ਬਾਬਿਆਂ ਨੂੰ। ਮੈਂ ਬੜੀ ਵਾਰੀ ਕਹਿੰਦਾ ਜਾਂ ਰਾਹ ਪਿਆ ਜਾਣੀਏ ਜਾਂ ਵਾਹ ਪਿਆ ਜਾਣੀਏ, ਹੈਨ ਤੁਹਾਡੀਆਂ ਸੀਸਾਂ। ਉਹ ਕੀਰਤਨੀਆਂ ਭਾਗਾਂ ਵਾਲਾ ਹੁੰਦਾ ਜਿਹਨੂੰ ਸੰਗਤ ਬਹਿ ਕੇ ਸੁਣਨ ਲੱਗ ਪਵੇ। ਆ ਕੱਲ੍ਹ ਮੈਂ ਕੀਰਤਨ ਦੀ ਸਮਾਪਤੀ ਕੀਤੀ, ਭਾਈ ਸਾਹਿਬ ਜੀ ਚੌਰ ਕਰਦੇ ਸੀ, ਨਿਹੰਗ ਵਾਣਾ ਪਾਇਆ ਚੜ੍ਹਦੀ ਕਲਾ ਨਾਲ। ਜਦੋਂ ਦੀਵਾਨ ਦੀ ਸਮਾਪਤੀ ਹੋਈ, ਇੰਨੀ ਘੁੱਟ ਕੇ ਮੈਨੂੰ ਗਲਵੱਕੜੀ ਪਾਈ, ਮੇਰੀਆਂ ਅੱਖਾਂ ਵਿੱਚ ਪਾਣੀ ਆ ਗਿਆ ਸੀ 2 ਮਿੰਟ ਲਈ। ਕਹਿੰਦਾ ਬਾਬਾ ਜੀ ਜਦੋਂ ਤੁਹਾਡਾ ਸ਼ਬਦ ਆਇਆ 13 ਵਿੱਚ ਸਾਈਆਂ ਤੂੰ ਮੁੱਖੜਾ ਨਾ ਮੋੜੀ, ਮੈਂ ਉਦੋਂ ਅੰਮ੍ਰਿਤ ਛਕਿਆ ਉਦੋਂ। ਇਹ ਅਸੀਸਾਂ ਨੇ, ਹਰ ਇੱਕ ਦੇ ਹਿੱਸੇ ਨਹੀਂ ਆਉਂਦੀਆਂ ਖੇਡਾਂ। ਜੇ ਮਹਾਂਪੁਰਸ਼ਾਂ ਨੇ ਬਚਨ ਕੀਤਾ ਵੀ ਕੀਰਤਨ ਕਰਦੀ ਰਹੋਗੇ,
ਕੀਰਤਨ ਕਰਦਿਆਂ ਕਰਦਿਆਂ ਕਿੰਨੇ ਕੁ ਜੁੜ ਗਏ ਪਤਾ ਹੀ ਨਹੀਂ। ਆਖੋ ਸਤਨਾਮ। ਮੈਨੂੰ ਅਮੈਰੀਕਾ ਤੋਂ ਸਿੰਘ ਮਿਲਣ ਆਇਆ 7 ਸਾਲ ਪਹਿਲਾਂ। ਬਾਬਾ ਜੀ ਅਸੀਂ 40 ਜਣੇ ਹਾਂ, 40 ਨੌਜਵਾਨ ਟਰੱਕ ਚਲਾਉਂਦੇ ਹਾਂ, 40 ਨੇ ਅੰਮ੍ਰਿਤ ਛਕ ਲਿਆ ਕਹਿੰਦੇ 40 ਨੇ। ਬਾਬਾ ਜੀ ਤੁਹਾਡੇ ਆ ਕਥਾ ਕੀਰਤਨ ਅਸੀਂ ਸੁਣਦੇ ਰਹਿੰਦੇ ਹਾਂ ਟਰੱਕਾਂ ਵਿੱਚ ਲਾ ਕੇ, ਅਤੇ ਮੈਨੂੰ ਮਾਇਆ ਵੀ ਦੇ ਕੇ ਗਿਆ, ਚੋਲਾ ਵੀ ਲੈ ਕੇ ਆਇਆ ਇੰਨੇ ਚਾਅ ਨਾਲ। ਮੈਂ ਉਹਦੇ ਚਰਨਾਂ 'ਤੇ ਮੱਥਾ ਟੇਕ ਕੇ ਗੱਲ ਕਹੀ, ਭਰਾਵਾ ਮੇਰਾ ਦੁਨੀਆ 'ਤੇ ਆਉਣਾ ਸਫਲਾ ਹੋ ਗਿਆ। ਜੇ ਤੁਸੀਂ 7 ਸਮੁੰਦਰੋਂ ਪਾਰ ਬਹਿ ਕੇ ਵੀ ਜੁੜ ਗਏ, ਇਹ ਗੁਰੂ ਨਾਨਕ ਦਾ ਤਰਸ ਆ। ਤਰਸ ਜਦੋਂ ਪੜ੍ਹਦੇ ਹੋ ਨਾ, ਤਰਸ ਪਿਆ ਮੈਂ ਰਹਿਮਤ ਹੋਈ ਸਤਿਗੁਰ ਸੱਜਣ ਮਿਲਿਆ। ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ ਥੀਵੈ ਹਰਿਆ। ਇਹ ਹਿਰਦੇ ਦੀ ਪੁਕਾਰ ਆ, ਇਹ ਤਰਲਾ ਹੀ ਆ ਇੱਕ। ਮਾਲਕਾ ਜਗ ਦੀ ਪਰਵਾਹ ਨਹੀਂ, ਬਸ ਤੇਰੇ ਹੋ ਗਏ ਹਾਂ, ਤੇਰੇ ਬਣ ਗਏ ਹਾਂ। ਹੁਣ ਅੱਗ ਦੀ ਅਤੇ ਜੱਗ ਦੀ ਪਰਵਾਹ ਨਹੀਂ ਮਾਲਕ। ਮੈਂ ਬੜੀ ਵਾਰੀ ਕਹਿੰਦਾ ਹੁੰਦਾ, ਜਿਹੜਾ ਬੰਦਾ ਧਰਮ ਦੇ ਰਾਹ 'ਤੇ ਤੁਰਦਾ, ਇੰਨੀ ਕੁ ਪਾਵਰ ਅੰਦਰ ਆ ਜਾਂਦੀ ਆ, ਇੰਨਾ ਬਾਗੀ ਅੰਦਰੋਂ ਹੋ ਜਾਂਦਾ, ਉਹਨੂੰ ਖਾਣ ਦੀ ਪੀਣ ਦੀ ਸੌਣ ਦੀ ਦਿਨ ਅਤੇ ਰਾਤ ਦੀ ਪਰਵਾਹ ਨਹੀਂ ਹੁੰਦੀ। ਇੱਕ ਤਨ ਕਰਕੇ ਬਾਗੀ ਆ ਬੰਦਾ। ਜਿਹੜਾ ਤਨ ਕਰਕੇ ਬਾਗੀ ਹੁੰਦਾ, ਉਹਦੀਆਂ ਡਿਮਾਂਡਾਂ ਨੇ, ਮੈਨੂੰ ਆਹ ਲੈ ਕੇ ਦਿਓ, ਮੋਬਾਈਲ ਲੈ ਕੇ ਦਿਓ, ਮੋਟਰਸਾਈਕਲ ਲੈ ਕੇ ਦਿਓ, ਜੇ ਨਾ ਲੈ ਕੇ ਦਿੱਤਾ ਫਿਰ ਬਈ ਫਿਰ ਕਹਿੰਦਾ ਮੈਂ ਘਰੀ ਨਹੀਂ ਆਉਣਾ, ਮੈਂ ਨਹਿਰ ਵਿੱਚ ਛਾਲ ਮਾਰ ਕੇ ਮਰ ਜੂੰ। ਜਿਹੜਾ ਤਨ ਕਰਕੇ ਬਾਗੀ ਆ, ਉਹਦੀਆਂ ਡਿਮਾਂਡਾਂ ਨੇ। ਜਿਹੜਾ ਮਨ ਕਰਕੇ ਬਾਗੀ ਹੋ ਗਿਆ, ਇੰਨੀ ਪਾਵਰ ਅੰਦਰ ਮਹਾਰਾਜ ਪਾ ਦਿੰਦੇ ਨੇ। ਜਿਹੜਾ ਮਨ ਕਰਕੇ ਬਾਗੀ ਹੋ ਗਿਆ, ਅੱਗ ਦੀ ਅਤੇ ਜੱਗ ਦੀ ਪਰਵਾਹ ਨਹੀਂ, ਉਹ ਕਹਿੰਦਾ ਮਾਲਕਾ ਭਾਈ ਜੋਗਾ ਇਵੇਂ ਨਹੀਂ, 4 ਲਾਵਾਂ ਵਿੱਚੋਂ 2 ਲਾਵਾਂ ਛੱਡ ਕੇ ਆ ਗਿਆ ਸੀ। ਸਾਕ ਕਬੀਲੇ ਵਾਲੇ ਕਹਿੰਦੇ ਸੀ ਓਏ 2 ਮਿੰਟ ਲੱਗਣਗੇ, 4 ਮਿੰਟ ਲੱਗਣਗੇ, ਪੱਲਾ ਨਾ ਛੱਡ। ਭਾਈ ਜੋਗਾ ਕਹਿੰਦਾ ਮੇਰਾ ਰੁੱਸੇ ਨਾ ਕਲਗੀਆਂ ਵਾਲਾ, ਅਤੇ ਜੱਗ ਭਾਵੇਂ ਸਾਰਾ ਰੁੱਸ ਜੇ। ਸੱਚ ਕਹਿਣ ਦੀ ਪਾਵਰ ਆ ਜਾਂਦੀ ਹੈ ਜਿਹੜਾ ਮਨ ਕਰਕੇ ਬਾਗੀ ਹੋ ਜਾਂਦਾ। ਹੇ ਮਾਲਕਾ ਹੁਣ ਤੇਰੇ ਬਣ ਗਏ ਹਾਂ, ਜੱਗ ਦੀ ਪਰਵਾਹ ਨਹੀਂ, ਹੁਣ ਤੇਰੀ ਕਿਰਪਾ ਮਿਲੇ। ਪੜਿਓ ਸਾਰੇ ਫਿਰ, ਜੀ ਮੁੱਖ ਦੁਨੀਆ ਜੀ ਮੁੱਖ ਦੁਨੀਆ ਮੋੜ ਲਵੇ, ਇੱਕ ਤੂੰ ਮੁੱਖੜਾ ਨਾ ਮੋੜੀ। ਮੁੱਖ ਦੁਨੀਆ ਮੋੜ ਲਵੇ ਸਾਈਆਂ, ਤੂੰ ਮੁੱਖੜਾ ਨਾ ਮੋੜੀ। ਆ ਦੁਨੀਆ ਨਾ ਮੋੜੀ,
ਇੱਕ ਤੂੰ ਮੁਖੜਾ ਨਾ ਮੋੜੀ ਸਾਈਆਂ, ਤੂੰ ਮੁਖੜਾ ਨਾ ਮੋੜੀ, ਇੱਕ ਤੂੰ ਮੁਖੜਾ ਨਾ ਮੋੜੀ, ਹਾਂ ਸਾਡੀ ਲੱਗੀ ਪ੍ਰੀਤੀ, ਹਾਂ ਲੱਗੀ ਪ੍ਰੀਤੀ ਨੂੰ, ਲੱਗੀ ਪ੍ਰੀਤੀ ਨੂੰ ਗੱਜ ਕੇ, ਲੱਗੀ ਪ੍ਰੀਤੀ ਸਾਡੀ ਲੱਗੀ ਪ੍ਰੀਤੀ, ਹਾਂ ਲੱਗੀ ਪ੍ਰੀਤੀ ਨੂੰ, ਸਾਡੀ ਲੱਗੀ ਪ੍ਰੀਤੀ ਨੂੰ ਸਾਈਆਂ ਤੂੰ ਐਵੇਂ ਨਾ ਤੋੜੀ, ਸਾਡੀ ਲੱਗੀ ਪ੍ਰੀਤੀ ਨੂੰ ਸਾਈਆਂ ਤੂੰ ਐਵੇਂ ਨਾ ਤੋੜੀ, ਸਾਈਆਂ ਤੂੰ ਐਵੇਂ ਨਾ, ਸਾਡੀ ਲੱਗੀ ਪ੍ਰੀਤੀ ਸਾਈਆਂ ਤੂੰ ਐਵੇਂ ਨਾ ਤੋੜੀ, ਮੁੱਖ ਦੁਨੀਆ ਮੋੜ ਲਵੇ ਸਾਈਆਂ, ਦੁਨੀਆ ਮੋੜ ਲਵੇ, ਮੁੱਖ ਦੁਨੀਆ ਦੁਨੀਆ ਮੋੜ ਲਵੇ, ਮੁੱਖ ਦੁਨੀਆ ਮੋੜ ਲਵੇ, ਇੱਕ ਤੂੰ ਮੁਖੜਾ ਨਾ ਮੋੜੀ, ਮੁੱਖ ਦੁਨੀਆ ਮੋੜ ਲਵੇ ਸਾਈਆਂ ਤੂੰ ਮੁਖੜਾ ਨਾ ਮੋੜੀ, ਮੋੜੀ ਮੁੱਖ ਦੁਨੀਆ, ਹਾਂ ਨਾ ਮੋੜੀ ਮੁੱਖ ਦੁਨੀਆ, ਬੋਲੋ ਤੂੰ ਮੁੱਖੜਾ, ਮੁੱਖ ਦੁਨੀਆ ਮੋੜ ਲਵੇ, ਉਹ ਨੇ ਜਿਨ੍ਹਾਂ ਨੇ ਪ੍ਰੀਤ ਪਾ ਲਈ, ਇੱਕ ਗੱਲਾਂ ਵਾਲੇ ਨੇ ਕਿ ਫਿਰੇ ਕਨੇਰੇ ਕਰੇ ਗੱਲਾਂ, ਗੱਲੀ ਕਿਨੇ ਨਾ ਪਾਇਆ, ਜਿਹੜਾ ਗੱਲਾਂ ਵਾਲਾ ਹੁੰਦਾ ਨਾ ਉਹਦੇ ਕੋਲ ਆਰਡਰ ਹੁੰਦਾ, ਲੈ ਵੀ ਆਹ ਵੀ ਕਰਿਓ, ਆਹ ਵੀ ਕਰਿਓ, ਆਹ ਵੀ ਕਰਿਓ, ਘੰਟੇ ਬਾਅਦ ਆ ਜਾਂਦਾ ਵੇਖਣ ਆਉਂਦਾ ਵੀ ਕਰਿਆ ਜਾਂ ਨਹੀਂ ਕਰਿਆ, ਆਖੋ ਸਤਨਾਮ। ਭਾਈ ਗੁਰਦਾਸ ਜੀ ਕਹਿੰਦੇ ਨੇ ਗੁਰੂ ਨਾਨਕ ਦੇ ਘਰ ਵੇ ਇੱਥੇ ਕਹਿਣੀ ਪ੍ਰਧਾਨ ਨਹੀਂ, ਇੱਥੇ ਕਰਨੀ ਪ੍ਰਧਾਨ ਆ। ਜਿਹੜਾ ਝਾੜੂ ਚੁੱਕ ਕੇ ਕਹਿੰਦਾ ਆ ਜਾਓ ਵੀ ਕਰੀਏ ਸੇਵਾ, ਉਹ ਸੇਵਾਦਾਰ ਆ। ਜਿਹੜਾ ਆਰਡਰ ਮਾਰ ਕੇ ਤੁਰ ਜਾਂਦਾ ਉਹਨੂੰ ਇੱਥੇ ਕੋਈ ਥਾਂ ਨਹੀਂ ਗੁਰੂ ਨਾਨਕ ਦੇ ਘਰ ਵਿੱਚ।
ਕਬੀਰ ਸੇਵਾ ਕੋ ਦੋਏ ਭਲੇ ਏਕ ਸੰਤ ਇੱਕ ਰਾਮ, ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੇ ਨਾਮ। ਮੈਂ ਤੁਹਾਡੇ ਨਾਲ ਸਾਂਝ ਸ਼ੁਰੂ ਕਰਾਂ। ਧੰਨ ਗੁਰੂ ਨਾਨਕ ਪਾਤਸ਼ਾਹ ਦਾ ਅਵਤਾਰ ਦਿਹਾੜਾ ਸ਼ਰਧਾ ਭਾਵਨਾ ਨਾਲ ਮਨਾ ਰਹੇ ਹੋ। ਧੰਨ ਗੁਰੂ ਨਾਨਕ ਜੀ ਨਾਲ ਪ੍ਰੀਤ ਪਾਈ ਭਾਈ ਮਰਦਾਨੇ ਨੇ ਰਬਾਬੀ ਬਣ ਕੇ ਰਿਹਾ। ਪ੍ਰੀਤ ਪਾ ਲੈਣੀ ਇਹ ਗੱਲ ਵੱਡੀ ਨਹੀਂ ਹੁੰਦੀ, ਪ੍ਰੀਤ ਪਾਉਣ ਵਾਲੇ ਤੇ ਬੜੇ ਆ ਜਾਂਦੇ ਨੇ। ਅਸੀਂ ਤੇਰੇ ਤੂੰ ਸਾਡਾ, ਜਿਹੜਾ ਨਿਭਾਵੇ ਉਹਦੀਆਂ ਜੈ ਜੈਕਾਰਾਂ ਨੇ। ਆਖੋ ਸਤਨਾਮ। ਭਾਈ ਮਰਦਾਨਾ ਰਬਾਬੀ ਬਣ ਕੇ ਰਿਹਾ, ਜਿੰਨਾ ਚਿਰ ਚੰਨ ਤਾਰੇ ਰਹਿਣਗੇ ਭਾਈ ਮਰਦਾਨਿਆਂ, ਤੇਰੀਆਂ ਵੀ ਜੈ ਜੈਕਾਰਾਂ ਰਹਿਣਗੀਆਂ, ਤੇਰੀਆਂ ਵੀ ਜੈ ਜੈਕਾਰਾਂ ਰਹਿਣਗੀਆਂ। ਭਾਈ ਗੁਰਦਾਸ ਜੀ ਮੋਹਰ ਲਾਉਂਦੇ ਨੇ, ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ। ਮੈਨੂੰ ਪ੍ਰੇਮ ਵਾਲੇ ਕਹਿੰਦੇ ਬਾਬਾ ਜੀ ਆ ਗਾਇਓ ਜ਼ਰੂਰ। ਇੱਕ ਤਾਰ ਪਿਆ ਛੇੜੇ, ਰਬਾਬੀ ਬਣ ਕੇ ਰਿਹਾ ਭਾਈ ਮਰਦਾਨਾ ਸਾਰੀ ਜ਼ਿੰਦਗੀ। ਜਦੋਂ ਮਹਾਰਾਜ ਕਿਹਾ ਕਰਨ ਮਰਦਾਨਿਆ ਬਾਣੀ ਆਈ ਆ, ਸੱਤ ਬਚਨ ਕਹਿੰਦਾ ਸੀ, ਸੱਤ ਬਚਨ ਕਦੇ ਨਹੀਂ ਕਿਹਾ ਬਾਬਾ ਜੀ ਹਨੇਰਾ, ਕਦੇ ਨਹੀਂ ਕਿਹਾ ਬਾਬਾ ਜੀ ਗਰਮੀ ਆ, ਕਦੇ ਨਹੀਂ। ਜਦੋਂ ਮੈਂ ਮੇਰੀ ਮੁੱਕ ਜਾਂਦੀ ਹੈ ਨਾ, ਫਿਰ ਇੱਕ ਹੀ ਤਮੰਨਾ ਹੁੰਦੀ ਆ, ਮੇਰਾ ਪ੍ਰੇਮ ਨਿਭਜੇ, ਮੇਰੀ ਪ੍ਰੀਤ ਨਿਭਜੇ, ਭਾਵੇਂ ਜਾਨ ਜਾਵੇ। ਜਾਨ ਨਹੀਂ ਪਿਆਰੀ ਹੁੰਦੀ, ਫਿਰ ਮਾਲਕ ਦਾ ਪ੍ਰੇਮ ਪਿਆਰਾ ਲੱਗਦਾ। ਪ੍ਰੀਤ ਨਿਭਜੇ ਸਾਚੀ ਪ੍ਰੀਤ ਹਮ ਤੁਮ ਸਿਉਂ ਜੋਰੀ, ਤੁਮ ਸਿਉਂ ਜੋਰ ਅਬਰ ਸੰਗ ਤੋਰੀ, ਤੁਮ ਸਿਉਂ ਜੋਰ ਅਬਰ ਸੰਗ ਤੋਰੀ। ਬੋਲਿਓ ਸਾਚੀ ਪ੍ਰੀਤ ਹਮ ਤੁਮ ਸਿਉਂ ਜੋਰੀ, ਸਾਚੀ ਪ੍ਰੀਤ ਹਮ, ਸਾਚੀ ਪ੍ਰੀਤ ਹਮ ਤੁਮ ਸਿਉਂ ਜੋਰੀ, ਤੁਮ ਸਿਉਂ ਜੋਰ ਅਬਰ ਸੰਗ ਤੋਰੀ, ਤੁਮ ਸਿਉਂ ਜੋਰ ਅਬਰ ਸੰਗ ਤੋਰੀ। ਜਹ ਜਹ ਜਾਉ ਤਹਾਂ ਤੇਰੀ ਸੇਵਾ, ਜਹ ਜਹ ਜਾਉ ਤਹਾਂ ਤੇਰੀ ਸੇਵਾ, ਤੁਮ ਸੇ ਠਾਕੁਰ ਔਰ ਨਾ ਦੇਵਾ, ਤੁਮ ਸਿਉ ਠਾਕੁਰ ਔਰ ਨਾ ਦੇਵਾ, ਸਾਚੀ ਪ੍ਰੀਤ ਹਮ ਤੁਮ ਸਿਉ ਜੋਰੀ, ਤੁਮ ਸਿਉ ਜੋਰ ਅਬਰ ਸੰਗ ਤੋਰੀ। ਐ ਮਾਲਕਾ ਸੱਚੀ ਪ੍ਰੀਤ ਤੇਰੇ ਨਾਲ ਜੁੜ ਗਈ, ਹੁਣ ਤੇਰੇ ਨਾਲ ਜੋੜੀ ਆ, ਬਾਕੀ ਸਾਰਿਆਂ ਨਾਲੋਂ ਤੋੜੀ ਆ। ਆਖੋ ਸਤਨਾਮ। ਇਹਦਾ ਭਾਵ ਕੀ ਆ? ਭਾਈ ਮਰਦਾਨਾ ਕਹਿੰਦਾ ਬਾਬਾ ਨਾਨਕਾ ਤੇਰੇ ਨਾਲ ਜੁੜ ਗਈ ਪ੍ਰੀਤ, ਬਾਕੀ ਸਾਰਿਆਂ ਨਾਲੋਂ ਟੁੱਟ ਗਈ, ਹੁਣ ਕਬਰਾਂ 'ਤੇ ਜਾ ਕੇ ਦੀਵੇ ਬਾਲਾਂ, ਮੇਰਾ ਨਹੀਂ ਮਨ ਮੰਨਿਆ, ਮੜੀਆਂ 'ਤੇ ਜਾ ਕੇ ਮੱਥਾ ਟੇਕਾਂ, ਮੇਰਾ ਨਹੀਂ ਮਨ ਮੰਨਿਆ।
ਭਾਈ ਮਰਦਾਨਾ ਕਹਿੰਦਾ ਮੈਂ ਤੇਰਾ ਹੋ ਗਿਆ ਮਾਲਕਾ, ਮੈਂ ਸੇਵਕ ਤੇਰਾ ਹੋ ਗਿਆ, ਤੂੰ ਮਾਲਕ ਮੇਰਾ ਬਣ ਸਾਈਆਂ। ਐ ਮਾਲਕਾ ਮੈਂ ਤੇਰਾ ਬਣ ਗਿਆ, ਹੁਣ ਤੂੰ ਮੇਰਾ ਬਣ ਕੇ ਰਹੀਂ, ਮਾਲਕਾ ਕਰੀ ਕਿਰਪਾ। ਭਾਈ ਮਰਦਾਨਾ ਰਬਾਬੀ ਬਣ ਗਿਆ, ਧੰਨ ਗੁਰੂ ਨਾਨਕ ਦਾ। ਭਾਈ ਮਰਦਾਨਾ ਕੋਈ ਐਰਾ ਗੈਰਾ ਨਹੀਂ ਸੀ। ਸੁਣਿਓ, ਇੱਥੇ ਕੋਈ ਮਾੜਾ ਜਿਹਾ ਰਾਗ ਵਿੱਦਿਆ ਸੁਣਾਵੇ, ਆਪਾਂ ਕੀ ਕਹਿੰਦੇ ਹਾਂ, ਵੱਡਾ ਤਾਨਸੈਨ ਬਣਿਆ ਫਿਰਦਾ, ਆਖੋ ਸਤਨਾਮ ਕਹਿੰਦੇ ਹਾਂ ਨਾ। ਮਾੜਾ ਜਿਹਾ ਕੋਈ ਮਾਣ ਕਰੇ ਰਾਗ ਵਿੱਦਿਆ ਦਾ, ਆਪਾਂ ਕਹਿੰਦੇ ਹਾਂ ਵੱਡਾ ਤਾਨਸੈਨ ਆ ਗਿਆ। ਤਾਨਸੈਨ ਨੂੰ ਵੱਡਾ ਗਿਣਦੇ ਹਾਂ ਨਾ। ਤਾਨਸੈਨ ਦਾ ਗੁਰੂ ਹੋਇਆ ਬਾਬਾ ਹਰੀਦਾਸ, ਤੇ ਬਾਬੇ ਹਰੀਦਾਸ ਦਾ ਗੁਰੂ ਭਾਈ ਮਰਦਾਨਾ, ਆਖੋ ਸਤਨਾਮ। ਜੇ ਤਾਨਸੈਨ ਨੂੰ ਵੱਡਾ ਗਿਣਦੇ ਹੋ, ਤਾਨਸੈਨ ਦੇ ਗੁਰੂ ਦਾ ਵੀ ਗੁਰੂ ਆ ਭਾਈ ਮਰਦਾਨਾ। ਮਹਾਰਾਜ ਕਹਿੰਦੇ ਧੰਨ ਗੁਰੂ ਨਾਨਕ ਜੀ, ਮਰਦਾਨੇ ਆ ਤੇਰੇ ਕੋਲ ਰਾਗ ਆ, ਸਾਡੇ ਕੋਲ ਸ਼ਬਦ ਹੈ। ਰਾਗ ਤੇ ਸ਼ਬਦ ਜਦੋਂ ਮਿਲ ਜਾਣ, ਸਮਾਧੀ ਲੱਗ ਜਾਂਦੀ ਹੈ। ਆ ਵੇਖਿਓ, ਜਦੋਂ ਕੋਈ ਰਾਗੀ ਸਿੰਘ ਇੰਨੇ ਪਿਆਰ ਨਾਲ ਗਾਉਂਦਾ ਨਾ। ਕੱਲ੍ਹ ਮੈਂ ਸਵੇਰੇ ਫਗਵਾੜੇ ਹਾਜ਼ਰੀ ਭਰਨ ਗਿਆ, ਜਦੋਂ ਮੈਂ ਦਰਬਾਰ ਵਿੱਚ ਗਿਆ, ਰਾਗੀ ਸਿੰਘ ਸ਼ਬਦ ਪੜ੍ਹੇ, ਕੱਲ ਤਾਰਨ ਗੁਰ ਨਾਨਕ ਆਇਆ, ਕੱਲ ਤਾਰਨ ਗੁਰ, ਕੱਲ ਤਾਰਨ ਗੁਰ ਨਾਨਕ ਆਇਆ। ਮੈਂ ਕਹਿੰਦਾ ਅੰਮ੍ਰਿਤ ਵੇਲਾ ਇੱਕ ਤਾਰ ਇੱਕ ਟੱਕ ਗਾਈ ਜਾਣ, ਇੱਦਾਂ ਹੀ ਦੋਨੋਂ ਜਾਣੇ ਇੰਨੇ ਪਿਆਰ ਵਿੱਚ ਗਾਉਣ। ਮੈਂ ਕਹਿੰਦਾ ਰਾਗ ਅਤੇ ਸ਼ਬਦ ਦਾ ਮੇਲ ਹੋ ਜਾਏ ਨਾ, ਤੁਸੀਂ ਉੱਠ ਕੇ ਜਾਣ ਜੋਗੇ ਨਹੀਂ ਰਹਿੰਦੇ, ਤੁਸੀਂ ਉੱਠ ਕੇ ਨਹੀਂ ਜਾ ਸਕਦੇ। ਕੋਈ ਗਾਵੇ ਕੋ ਸੁਣੇ ਹਰ ਨਾਮਾ, ਗੱਲ ਚਿੱਤ ਲਾਉਣ ਦੀ ਕਰਦੇ ਨੇ ਮਹਾਰਾਜ। ਮਹਾਰਾਜ ਕਹਿੰਦੇ ਜੇ ਸੇਵਾ ਕਰਨੀ ਆ ਤਾਂ ਵੀ ਸੁਣ, ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ। ਜਿਹੜਾ ਚਿੱਤ ਲਾ ਕੇ ਸ਼ਬਦ ਆ ਨਾ, ਵਾਰ ਵਾਰ ਆਉਂਦਾ ਬਾਣੀ ਵਿੱਚ ਵਾਰ ਵਾਰ। ਕੋਈ ਗਾਵੇ ਕੋ ਸੁਣੈ ਹਰ ਨਾਮਾ ਚਿੱਤ ਲਾਏ। ਮਹਾਰਾਜ ਕਹਿੰਦੇ ਕੋਈ ਗਾਵੇ ਕੋਈ ਸੁਣੇ, ਜਿਹੜਾ ਚਿੱਤ ਲਾ ਕੇ ਗਾਵੇ, ਜਿਹੜਾ ਚਿੱਤ ਲਾ ਕੇ ਸੁਣੇ, ਉਹਦੇ 'ਤੇ ਮਾਲਕ ਦੀ ਕਿਰਪਾ ਦਾ ਮੀਂਹ ਪੈਂਦਾ। ਕੋਈ ਗਾਵੇ ਕੋ ਸੁਣੈ ਹਰ ਨਾਮਾ ਚਿੱਤ ਲਾਏ, ਕਹੋ ਕਬੀਰ ਸੰਸਾ ਨਹੀਂ। ਬਾਬਾ ਕਬੀਰ ਜੀ ਕਹਿੰਦੇ ਕੋਈ ਸ਼ੱਕ ਨਹੀਂ ਅੰਤ ਪਰਮ ਗਤ ਪਾਏ, ਉਹਦੀਆਂ ਦਰਗਾਹ ਤੱਕ ਜੈ ਜੈਕਾਰਾਂ ਨੇ ਜਿਹੜਾ ਚਿੱਤ ਲਾ ਕੇ ਗਾਵੇ ਚਿੱਤ ਲਾ ਕੇ ਸੁਣੇ। ਇਸੇ ਕਰਕੇ ਮਹਾਰਾਜ ਕਹਿੰਦੇ ਇਹ ਪ੍ਰਧਾਨ ਭਗਤੀ ਆ ਜਿਹੜੀ ਆਪਾਂ ਕਮਾ ਰਹੇ ਹਾਂ ਕਲਯੁਗ ਵਿੱਚ। ਕਲਯੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪੀਐ, ਲਾਏ ਧਿਆਨਾ ਆਪ ਤਰੈ ਸਗਲੇ ਕੁਲ ਤਾਰੇ, ਹਰ ਦਰਗਹਿ ਪਤ ਸਿਉ। ਮਹਾਰਾਜ ਕਹਿੰਦੇ ਦਰਗਾਹ ਵਿੱਚ ਕੋਈ ਹੋਏ ਕਹਿ ਕੇ ਨਹੀਂ ਬੁਲਾਉਂਦਾ। ਜਿਹਨੇ ਆਹ ਭਗਤੀ ਕਮਾ ਲਈ ਉਹਨੂੰ ਚੰਗੀ ਥਾਂ 'ਤੇ ਬਿਠਾਉਂਦੇ ਨੇ ਦਰਗਾਹ ਵਿੱਚ ਵੀ, ਉਹਦੀ ਆਓ ਭਗਤ ਕਰਦੇ ਨੇ।
ਰੇਰੇ ਦਰਗਹਿ ਕਹਿ ਨਾ ਕਹੂ, ਆਓ ਬੈਠ ਆਦਰ ਸ਼ੁਭ ਦੇਊ। ਕਹਿਣ ਦਾ ਭਾਵ ਦਰਗਾਹ ਵਿੱਚ ਵੀ ਉਹਦਾ ਅਦਬ ਹੁੰਦਾ, ਉਹਦੀਆਂ ਦਰਗਾਹ ਤੱਕ ਜੈ ਜੈਕਾਰਾਂ ਨੇ। ਭਾਈ ਮਰਦਾਨਾ ਰਬਾਬੀ ਬਣਿਆ ਧੰਨ ਗੁਰੂ ਨਾਨਕ ਦਾ। ਇੱਕ ਤਾਰ ਪਿਆ ਛੇੜੇ ਚੌਰ ਦੂਜੇ ਹੱਥ ਫੱਬੇ, ਇੱਕ ਤਾਰ ਪਿਆ ਛੇੜੇ ਚੌਰ ਦੂਜੇ ਹੱਥ ਫੱਬੇ। ਔਰ ਦੂਜੇ ਹੱਥ ਫੱਬੇ, ਇੱਕ ਤਾਰ ਪਿਆ ਇੱਕ ਤਾਰ ਪਿਆ ਛੇੜੇ ਚੌਰ ਦੂਜੇ ਹੱਥ ਫੱਬੇ, ਇੱਕ ਤਾਰ ਪਿਆ ਛੇੜੇ ਚੌਰ ਦੂਜੇ ਹੱਥ ਫੱਬੇ। ਕਰੋ ਕਿਰਪਾ ਪਿਆ ਛੇੜੇ ਹੱਥ ਫੱਬੇ, ਇੱਕ ਚੌਰ ਦੂਜੇ ਹੱਥ ਫੱਬੇ, ਇੱਕ ਤਾਰ ਪਿਆ ਮੇਰੇ ਮਾਹੀ ਦੇ ਦੋ ਸਾਥੀ, ਇੱਕ ਸੱਜੇ ਇੱਕ ਖੱਬੇ, ਮਾਹੀ ਦੇ ਦੋ ਸਾਥੀ ਇੱਕ ਸੱਜੇ ਇੱਕ ਖੱਬੇ, ਮੇਰੇ ਮਾਹੀ ਦੇ ਦੋ ਸਾਥੀ ਇੱਕ ਸੱਜੇ ਇੱਕ ਖੱਬੇ, ਇੱਕ ਸੱਜੇ ਇੱਕ ਖੱਬੇ। ਗੱਜ ਕੇ ਮੇਰੇ ਮਾਹੀ ਦੇ ਦੋ ਸਾਥੀ, ਇੱਕ ਸੱਜੇ ਇੱਕ ਇੱਕ ਗੰਗਾ ਨਹਾਉਣ ਵਾਲਾ, ਦੂਜਾ ਮੱਕੇ ਦਾ ਪੁਜਾਰੀ, ਇੱਕ ਗੰਗਾ ਨਹਾਉਣ ਵਾਲਾ ਦੂਜਾ ਮੱਕੇ ਦਾ ਪੁਜਾਰੀ। ਲੱਗੀ ਮੁੱਢ ਤੋਂ ਦੋਹਾਂ ਦੀ ਸੱਚੇ ਪਾਤਸ਼ਾਹ ਨਾ ਯਾਰੀ, ਨਾ ਸੀ ਮਾਇਆ ਦੇ ਖਜ਼ਾਨੇ ਨਾ ਜ਼ਮੀਨ ਦੇ ਮੁਰੱਬੇ, ਨਾ ਸੀ ਮਾਇਆ ਦੇ ਖਜ਼ਾਨੇ ਨਾ ਜ਼ਮੀਨ ਦੇ ਮੁਰੱਬੇ, ਨਾ ਸੀ ਮਾਇਆ ਦੇ ਖਜ਼ਾਨੇ
ਨਾ ਸੀ ਮਾਇਆ ਦੇ ਖਜ਼ਾਨੇ ਇੱਕ ਤਾਰ ਪਿਆ ਛੇੜੇ ਚੌਰ ਦੂਜੇ ਹੱਥ ਫੱਬੇ ਇੱਕ ਤਾਰ ਪਿਆ ਛੇੜੇ ਚੌਰ ਦੂਜੇ ਹੱਥ ਫੱਬੇ ਇੱਕ ਤਾਰ ਪਿਆ ਛੇੜੇ ਬੋਲੋ ਇੱਕ ਤਾਰ ਪਿਆ ਚੌਰ ਦੂਜੇ ਹੱਥ ਇੱਕ ਤਾਰ ਪਿਆ ਛੇੜੇ ਮੇਰੇ ਮਾਹੀ ਦੇ ਦੋ ਸਾਥੀ ਇੱਕ ਸੱਜੇ ਇੱਕ ਖੱਬੇ ਭਾਈ ਬਾਲਾ ਤੇ ਭਾਈ ਮਰਦਾਨਾ ਭਾਈ ਬਾਲਾ ਚੌਰ ਦੀ ਸੇਵਾ ਕਰਦਾ ਰਿਹਾ ਸਾਰੀ ਜ਼ਿੰਦਗੀ ਭਾਈ ਮਰਦਾਨਾ ਰਬਾਬੀ ਬਣ ਕੇ ਰਿਹਾ ਜੰਗਲ ਵੀ ਆ ਵਾਨ ਦੀ ਧਰਤੀ ਇਕਾਂਤ ਵਿੱਚ ਬੈਠੇ ਨੇ ਤਿੰਨੇ ਜਣੇ ਤੇ ਰੱਬੀ ਬਾਣੀ ਦਾ ਕੀਰਤਨ ਕਰਦੇ ਨੇ ਮਹਾਰਾਜ ਕੀ ਪੜ੍ਹਦੇ ਸੀ ਐਸਾ ਕੀਰਤਨ ਜੀ ਐ ਮੇਰਿਆ ਮਨਾ ਉਹ ਕੀਰਤਨ ਕਰ ਜਿਹੜਾ ਇੱਥੇ ਵੀ ਸਹਾਈ ਹੋ ਜੇ ਅੱਗੇ ਦਰਗਾਹ ਵਿੱਚ ਵੀ ਸਹਾਈ ਹੋ ਜੇ ਆਖੋ ਸਤਨਾਮ ਐਸਾ ਕੀਰਤਨ ਜੀ ਕਰ ਮਨ ਮੇਰੇ ਕਰ ਮਨ ਮੇਰੇ ਐਸਾ ਕੀਰਤਨ ਜੀ ਕਰ ਮਨ ਮੇਰੇ ਐਸਾ ਕੀਰਤਨ ਬੋਲੋ ਕਰ ਮਨ ਐਸਾ ਕੀਰਤਨ ਜੀ ਗੱਜ ਕੇ ਬੋਲੋ ਐਸਾ ਕੀਰਤਨ ਜੀ ਇਹ ਆਪਣੇ ਮਨ ਨੂੰ ਕੀਰਤਨ ਸੁਣਾਉਣਾ ਹੁੰਦਾ ਇਹ ਜਿਹੜਾ ਬਾਣੀ ਦਾ ਗਿਆਨ ਆ ਦੂਜੇ ਤੀਜੇ ਨੂੰ ਨਹੀਂ ਸਾਡੇ ਆਂਢੀ ਗੁਆਂਢੀ ਨੂੰ ਨਹੀਂ ਅਸੀਂ ਆਪਣੇ ਮਨ ਨੂੰ ਕਹਿਣਾ ਇਹ ਸਾਡੇ ਮਨ ਨੂੰ ਉਪਦੇਸ਼ ਆ ਮਾਲਕ ਦੀ ਬਾਣੀ ਦਾ ਮਹਾਰਾਜ ਰੱਬੀ ਬਾਣੀ ਦਾ ਕੀਰਤਨ ਕਰਦੇ ਨੇ ਸਮਾਧੀ ਲੱਗੀ ਹੋਈ ਹੈ ਇੱਕ ਨਾਮ ਆਇਆ ਇਤਿਹਾਸ ਵਿੱਚ ਭਾਈ ਦੋਦੇ ਦਾ ਭਾਈ ਦੋਦੇ ਦੀ ਘਰਵਾਲੀ ਆਪਣੇ ਖੇਤਾਂ ਵੱਲ ਲੰਘ ਰਹੀ ਹੈ ਖੇਤਾਂ ਵੱਲ ਕੰਨਾਂ ਵਿੱਚ ਬਾਣੀ ਪੈ ਗਈ ਇੰਨੀ ਮਿੱਠੀ ਆਵਾਜ਼ ਮੈਂ ਬੜੀ ਵਾਰੀ ਕਹਿੰਦਾ ਹੁੰਦਾ ਧੰਨ ਗੁਰੂ ਨਾਨਕ ਜੀ ਗਾਉਂਦੇ ਹੋਣ ਤੇ ਖਿੱਚ ਨਾ ਪਵੇ ਹੋ ਨਹੀਂ ਸਕਦਾ ਆਖੋ ਸਤਨਾਮ ਇੱਥੇ ਦੁਨਿਆਵੀ ਕਲਾਕਾਰ ਗਾਉਂਦਾ ਹੋਵੇ ਕੋਈ ਬੜਿਆਂ ਦੀ ਖਿੱਚ ਹੁੰਦੀ ਹੈ ਸਾਡੇ ਇਲਾਕੇ ਵਿੱਚ 15 ਅਗਸਤ ਦਾ ਮੇਲਾ ਭਰਦਾ 15 ਅਗਸਤ ਦਾ ਵੱਡੇ ਵੱਡੇ ਨਾਮੀ ਕਲਾਕਾਰ ਆਉਂਦੇ ਨੇ ਕਾਨਫਰੰਸਾਂ ਹੁੰਦੀਆਂ ਨੇ ਲੀਡਰਾਂ ਦੀਆਂ ਆਹੀ ਕੁਝ ਹੁੰਦਾ ਨਾ ਮੇਲਿਆਂ 'ਤੇ ਉੱਧਰ 2-3 ਪਾਸੇ ਵੱਡੇ ਨਾਮੀ ਕਲਾਕਾਰ ਲੱਗੇ ਇੱਕ ਪਾਸੇ 12 ਸਾਲ ਦਾ ਬੱਚਾ ਗਾਵੇ 12 ਸਾਲ ਦਾ ਬੱਚਾ ਸਾਦਾ ਜਿਹਾ ਸਾਊਂਡ ਸਾਦੇ ਜਿਹੇ ਸਾਜ
ਮੈਂ ਕਹਿੰਦਾ ਨਾਮੀ ਕਲਾਕਾਰਾਂ ਕੋਲੋਂ ਲੋਕ ਭੱਜੇ ਆਉਂਦੇ ਸੀ, ਇੱਧਰ ਕੌਣ ਗਾਉਂਦਾ ਬਈ? ਉਹ ਜਦੋਂ ਗਾਵੇ 12-13 ਸਾਲ ਦਾ ਬੱਚਾ ਇੱਦਾਂ ਉੱਚੀ ਹੇਕਾਂ ਲਾ ਲਾ ਕੇ ਗਾਵੇ, ਮੈਨੂੰ ਅੱਜ ਵੀ ਯਾਦ ਆ 30 ਸਾਲ ਪਹਿਲਾਂ ਦੀ ਗੱਲ ਆ, ਉਹ ਜਦੋਂ ਗਾਵੇ 12 ਸਾਲ ਦਾ ਬੱਚਾ ਮਾਂ ਦਾ ਪਿਆਰ ਗਾਉਂਦਾ ਸੀ, ਉਹ ਮਾਂ ਦਾ ਪਿਆਰ ਕੀ ਕਹਿੰਦਾ ਸੀ? ਮਾਂ ਦੀਆਂ ਕਦਰਾਂ ਮਾਂ ਦੀਆਂ ਕਦਰਾਂ ਪੁੱਤ ਬੇ ਕਦਰੇ ਪਾ ਨਹੀਂ ਸਕਦੇ, ਮਾਂ ਦੀਆਂ ਕਦਰਾਂ ਮਾਂ ਦੀਆਂ ਕਦਰਾਂ ਪੁੱਤ ਬੇ ਕਦਰੇ ਪਾ ਨਹੀਂ ਸਕਦੇ, ਮਾਂ ਦੀਆਂ ਕਦਰਾਂ। ਇੱਦਾਂ ਗਾਵੇ 12 ਸਾਲ ਦਾ ਬੱਚਾ। ਮੈਂ ਕਹਿੰਦਾ ਲੋਕ ਪੰਡਾਲ ਦੇ ਉੱਤੋਂ ਦੀ ਅੱਡੀਆਂ ਚੁੱਕ ਚੁੱਕ ਵੇਖਣ ਵੀ ਕੌਣ ਗਾਉਂਦਾ। ਕੋਈ ਗਾਵੇ, ਪ੍ਰੇਮ ਵਿੱਚ ਗਾਵੇ, ਖਿੱਚ ਨਾ ਪਵੇ, ਹੋ ਨਹੀਂ ਸਕਦਾ। ਧੰਨ ਗੁਰੂ ਨਾਨਕ ਜੀ ਬਾਣੀ ਗਾਉਂਦੇ ਹੋਣ, ਖਿੱਚ ਨਾ ਪਵੇ, ਇਹ ਨਹੀਂ ਹੋ ਸਕਦਾ। ਇਹ ਭਾਈ ਦੋਦੇ ਦੀ ਘਰਵਾਲੀ ਖੇਤਾਂ ਵੱਲ ਲੰਘ ਰਹੀ ਆ, ਜਿੱਧਰੋਂ ਆਵਾਜ਼ ਆ ਰਹੀ ਆ ਨਾ ਉੱਧਰੇ ਤੁਰ ਪਈ। ਤੁਰਦਿਆਂ ਤੁਰਦਿਆਂ ਨਹੀਂ ਨਜ਼ਰ ਆਇਆ ਕੋਈ ਕੌਣ ਨੇ। ਫਿਰ ਬੀਬੀ ਨੇ ਹੱਥ ਜੋੜੇ, ਮਹਾਰਾਜ ਇੱਕ ਵਾਰੀ ਦਰਸ਼ਨ ਕਰਨੇ ਨੇ। ਕੌਣ ਹੋ ਤੁਸੀਂ? ਤੁਹਾਡੀ ਆਵਾਜ਼ ਕੰਨਾਂ ਵਿੱਚ ਪੈਂਦੀ ਆ ਪਰ ਨਜ਼ਰ ਨਹੀਂ ਆ ਰਹੇ ਕੌਣ ਹੋ। ਹੱਥ ਜੋੜ ਕੇ ਜਦੋਂ ਮੰਗ ਮੰਗੀ, ਸਾਹਮਣੇ ਤੁਰੀ, ਤਿੰਨ ਸਰੀਰ ਬੈਠੇ ਨੇ, ਧੰਨ ਗੁਰੂ ਨਾਨਕ ਪਾਤਸ਼ਾਹ, ਭਾਈ ਬਾਲਾ ਅਤੇ ਭਾਈ ਮਰਦਾਨਾ, ਤਿੰਨੋਂ ਜਣੇ ਚੌਂਕੜਾ ਮਾਰੀ ਬੈਠੇ ਨੇ। ਇਹ ਬੀਬੀ ਨੇੜੇ ਗਈ, ਸਾਹਮਣੇ ਬਹਿ ਗਈ ਚੌਂਕੜਾ ਮਾਰ ਕੇ। ਅੱਧਾ ਪੌਣਾ ਘੰਟਾ ਲੰਘਿਆ, ਡੇਢ ਘੰਟਾ ਲੰਘਿਆ, ਜਦੋਂ ਮਹਾਰਾਜ ਨੇਤਰ ਖੋਲ੍ਹੇ, ਚਰਨਾਂ 'ਤੇ ਮੱਥਾ ਟੇਕਿਆ, ਮਹਾਰਾਜ ਮੇਰੇ ਵੱਡੇ ਭਾਗ ਨੇ, ਤੁਹਾਡੇ ਦਰਸ਼ਨ ਹੋ ਗਏ। ਮਹਾਰਾਜ ਜਿਹੜਾ ਆਨੰਦ ਅੱਜ ਆਇਆ ਨਾ ਬਾਣੀ ਸੁਣ ਕੇ, ਤੁਹਾਡੇ ਬਚਨ ਸੁਣ ਕੇ, ਇਹ ਆਨੰਦ ਮਹਾਰਾਜ ਕਦੇ ਵੀ ਨਹੀਂ ਆਇਆ। ਆਖੋ ਸਤਨਾਮ। ਮਹਾਰਾਜ ਦੀ ਬਾਣੀ ਹਾਮੀ ਭਰਦੀ ਆ, ਜਿਨ ਕੋ ਨਦਰ ਕਰਮ ਤਿਨਕਾਰ, ਨਾਨਕ ਨਦਰੀ ਨਦਰ ਨਿਹਾਲ। ਮਹਾਰਾਜ ਮੈਂ ਸੇਵਾ ਕਰਨੀ ਚਾਹੁੰਦੀ ਹਾਂ, ਜੇ ਤੁਹਾਡਾ ਹੁਕਮ ਹੋਵੇ ਮੈਂ ਘਰੋਂ ਜਾ ਕੇ ਦੁੱਧ ਲਿਆਵਾਂ, ਮਹਾਰਾਜ ਤੁਹਾਨੂੰ ਛਕਾਵਾਂ, ਜੇ ਆਗਿਆ ਹੋਵੇ ਤਾਂ। ਮਹਾਰਾਜ ਕਹਿੰਦੇ ਭਾਈ ਅਸੀਂ ਤਾਂ ਨਿਰੰਕਾਰ ਦੇ ਆਸਰੇ ਬੈਠੇ ਹਾਂ, ਹਾਂ ਜੇ ਸੇਵਾ ਕਰਨੀ ਆ ਤੇਰਾ ਮਨ ਕਰਦਾ ਭਾਈ, ਇਹ ਤੇਰੀ ਮਰਜ਼ੀ ਆ, ਤੇਰੀ ਇੱਛਾ, ਸਾਡੀ ਨਹੀਂ ਮੰਗ ਕੋਈ। ਇਹ ਭਾਈ ਦੋਦੇ ਦੀ ਘਰਵਾਲੀ ਬੀਬੀ ਘਰੇ ਆਈ, ਦੁੱਧ ਗਰਮ ਕੀਤਾ, ਭਾਂਡੇ ਵਿੱਚ ਪਾਇਆ, ਇੰਨਾ ਪ੍ਰੇਮ ਜਾਗ ਪਿਆ, ਨੰਗੇ ਪੈਰੀ ਗਈ ਤੁਰ ਕੇ, ਨੰਗੇ ਪੈਰੀ ਚੱਲ ਕੇ ਜਾ ਕੇ ਦੁੱਧ ਛਕਾਇਆ, ਧੰਨ ਗੁਰੂ ਨਾਨਕ ਦਾ ਪ੍ਰੇਮ ਕਮਾਇਆ, ਨਿਹਾਲ ਹੋ ਗਿਆ ਮਨ। ਧੰਨ ਗੁਰੂ ਨਾਨਕ ਜੀ ਨੇ ਬਚਨ ਕਿਹਾ, ਇੱਕ ਇਤਿਹਾਸ ਵਿੱਚ ਆਉਂਦਾ, ਧੰਨ ਗੁਰੂ ਨਾਨਕ ਜੀ ਨੇ ਬਚਨ ਕਿਹਾ, ਭਾਈ ਕੁਝ ਮੰਗਣਾ ਤਾਂ ਮੰਗ ਲਓ। ਮਹਾਰਾਜ ਕਹਿੰਦੇ
ਮੰਗਣਾ ਵੀ ਕਲਾ ਹੀ ਆ ਇੱਕ, ਕੱਲ ਸੁਣਿਆ ਸੀ ਨਾ, ਭਖਾਰੀ ਬਣ ਕੇ ਮੰਗ ਲੈਣਾ ਇਹ ਭਾਗਾਂ ਦੀ ਗੱਲ ਆ, ਅਧਿਕਾਰੀ ਬਣ ਕੇ ਮੰਗ ਲੈਣਾ ਭਾਗਾਂ ਦੀ ਗੱਲ ਆ, ਵਪਾਰੀ ਬਣ ਕੇ ਮੰਗਣ ਵਾਲੇ ਬੜੇ ਨੇ, ਮੰਗਣਾ ਵੀ ਕਲਾ ਹੀ ਆ। ਮਹਾਰਾਜ ਕਹਿੰਦੇ ਭਾਈ ਬੀਬਾ ਕੁਝ ਮੰਗਣਾ ਮੰਗ ਲਓ। ਇਹਨੇ ਕੀ ਮੰਗਿਆ ਫਿਰ? ਮਾਇਆ ਮੰਗੀ ਨਹੀਂ, ਦਾਤਾਂ ਮੰਗੀਆਂ ਨਹੀਂ। ਇਹ ਬੀਬੀ ਕਹਿੰਦੀ ਮਹਾਰਾਜ ਜੇ ਤਰੁੱਠੇ ਹੋ ਦੁੱਧ ਦੀ ਸੇਵਾ ਝੋਲੀ ਫੇਰ ਪਾ ਦਿਓ, ਆਖੋ ਸਤਨਾਮ। ਮਹਾਰਾਜ ਮੈਂ ਕੱਲ੍ਹ ਨੂੰ ਫੇਰ ਆਵਾਂ ਜੇ ਤੁਹਾਡੀ ਆਗਿਆ ਹੋਵੇ। ਮਹਾਰਾਜ ਕਹਿੰਦੇ ਭਾਈ ਤੇਰੀ ਇੱਛਾ ਹੈ, ਆਗਿਆ ਮਿਲ ਗਈ। ਅਗਲੇ ਦਿਨ ਫੇਰ ਦੁੱਧ ਗਰਮ ਕੀਤਾ, ਭਾਂਡੇ ਵਿੱਚ ਪਾਇਆ, ਨੰਗੇ ਪੈਰੀ ਵਾਹਿਗੁਰੂ ਵਾਹਿਗੁਰੂ ਜਪਦੀ ਗਈ। ਇਹ ਭਾਵਨਾ ਬਣੇ ਸਾਡੀ, ਸ਼ਰਧਾ ਧਾਰ ਕੇ ਸੰਗਤ ਵਿੱਚ ਆ ਜਾ। ਓਏ ਆਉਣ ਵਾਲਿਆ, ਗੱਲਾਂ ਕਰਦੇ ਨਾ ਆਇਆ ਕਰੋ। ਬਾਬਾ ਅਤਰ ਸਿੰਘ ਜੀ ਮਸਤੂਵਾਣਾ ਸਾਹਿਬ ਵਾਲਿਆਂ ਦਾ ਵਚਨ, ਜਦੋਂ ਗੁਰੂ ਨਾਨਕ ਦੇ ਘਰ ਵੱਲ ਆਉਣਾ, ਸੱਜਾ ਪੈਰ ਪੁੱਟਿਆ ਵਾਹੇ ਗਿਆ ਕਰ, ਖੱਬਾ ਪੈਰ ਪੁੱਟਿਆ ਗੁਰੂ ਕਹਿ ਦਿਆ ਕਰ, ਸੱਜਾ ਪੈਰ ਪੁੱਟਿਆ ਵਾਹੇ, ਖੱਬਾ ਪੁੱਟਿਆ ਗੁਰੂ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਇੱਦਾਂ ਜਪਦੇ ਆਇਆ ਕਰੋ। ਸਾਡਾ ਤੁਰਨਾ ਵੀ ਯਾਤਰਾ ਬਣ ਜੇ, ਆਖੋ ਸਤਨਾਮ। ਸਾਡਾ ਤੁਰਨਾ ਵੀ ਬੰਦਗੀ ਬਣ ਜੇ ਯਾਤਰਾ। ਜਿਹੜਾ ਬੰਦਾ ਘਰੋਂ ਵਾਹਿਗੁਰੂ ਵਾਹਿਗੁਰੂ ਜਪਣ ਲੱਗ ਪੈਂਦਾ, ਉਹਦੀ ਹਾਜ਼ਰੀ ਘਰੋਂ ਸ਼ੁਰੂ ਹੋ ਜਾਂਦੀ ਹੈ ਘਰੋਂ। ਅਤੇ ਮੈਨੂੰ ਮਾਫ਼ ਕਰਿਓ, ਕਈ ਇੱਥੇ ਪਹੁੰਚ ਕੇ ਵੀ ਗੈਰ ਹਾਜ਼ਰ ਰਹਿ ਜਾਂਦੇ ਨੇ। ਜਿਹੜੇ ਗੱਲਾਂ ਕਰਦੀ ਆਏ, ਗੱਲਾਂ ਕਰਦੀ ਮੁੜ ਗਏ, ਇੱਕ ਫਿਰੇ ਹਨੇਰੇ ਕਰੇ ਗੱਲਾਂ, ਗੱਲੀ ਕਿੰਨੇ ਨਾ ਪਾਇਆ। ਮਹਾਂਪੁਰਸ਼ ਧਾਰਨਾ ਪੜ੍ਹਦੇ ਹੁੰਦੇ ਸੀ ਰਾੜਾ ਸਾਹਿਬ ਵਾਲੇ, ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ, ਜਿਨ੍ਹਾਂ ਨੇ 50 ਸਾਲ ਕੀਰਤਨ ਕੀਤਾ, 50 ਸਾਲ। ਉਹਨਾਂ ਦਾ ਜੀਵਨ ਪੜ੍ਹਿਓ, ਗਿਆਨੀ ਮੋਹਨ ਸਿੰਘ ਜੀ ਆਜ਼ਾਦ ਉਹਨਾਂ ਦੇ ਜਥੇ ਵਿੱਚ ਹੁੰਦੇ ਸੀ, ਉਹਨਾਂ ਨੇ ਜੀਵਨ ਲਿਖਿਆ। ਗਿਆਨੀ ਮੋਹਨ ਸਿੰਘ ਜੀ ਆਜ਼ਾਦ ਨੇ ਕੀ ਲਿਖਿਆ? ਕਹਿੰਦੇ 50 ਸਾਲਾਂ ਵਿੱਚ ਇੱਕ ਦਿਨ ਵੀ ਛੁੱਟੀ ਨਹੀਂ ਮਹਾਂਪੁਰਸ਼ਾਂ ਦੀ, ਇੱਕ ਦਿਨ ਦੀ ਵੀ, ਜਿਹੜੇ ਦਿਨ ਕੀਰਤਨ ਨਾ ਕੀਤਾ ਹੋਵੇ ਇੱਕ ਦਿਨ ਵੀ ਨਾਗਾ ਨਹੀਂ। ਉਹ ਆ ਧਾਰਨਾ ਪੜ੍ਹਦੇ ਹੁੰਦੇ ਸੀ, ਸ਼ਰਧਾ ਧਾਰ ਕੇ ਸੰਗਤ ਵਿੱਚ ਆ ਜਾ। ਜਿਹੜੇ ਸ਼ਰਧਾ ਧਾਰ ਕੇ ਆ ਜਾਣ, ਸਾਧ ਸੰਗਤ ਬਿਨਾਂ ਭਾਉ ਨਹੀਂ ਉਪਜੇ, ਭਾਵ ਬਿਨ ਭਗਤ ਨਾ ਹੋਏ ਤੇਰੀ। ਆਪਾਂ ਮਕਾਨ ਬਣਾਉਂਦੇ ਹਾਂ ਨਾ, ਕੋਠੀ ਪਾਉਂਦੇ ਹਾਂ, ਸੀਮਿੰਟ ਰੇਤਾ ਬਜਰੀ ਸਰੀਆ ਇੱਟਾਂ ਸਾਰਾ ਕੁਝ ਆ ਜਾਂਦਾ, ਪਰ ਯਾਦ ਕਰਿਓ ਜਿੰਨਾ ਚਿਰ ਪਾਣੀ ਨਹੀਂ ਆਉਂਦਾ ਲਿੰਟਰ ਪੱਕਦਾ ਨਹੀਂ, ਆਖੋ ਸਤਨਾਮ। ਕਹਿੰਦੇ ਨੇ ਸਰਦਾਰਾ ਟੈਂਕੀ ਭਾਵੇਂ ਮੰਗ ਕੇ ਲੈ ਆ, ਪਾਣੀ ਬਿਨਾਂ ਨਹੀਂ ਸਰਨਾ। ਜਿੰਨਾ ਚਿਰ ਪਾਣੀ ਨਾ ਆਵੇ ਲੈਂਟਰ ਨਹੀਂ ਪੱਕਦਾ। ਓਏ ਸਿੱਖਾ, ਬਾਣੀ ਪੜ੍ਹਦਾ ਰਹਿ, ਸੇਵਾ ਕਰਦਾ ਰਹਿ, ਕਥਾ ਕੀਰਤਨ ਕਰੀ ਜਾ, ਸੁਣੀ ਜਾ। ਯਾਦ ਰੱਖੀ, ਜਿੰਨਾ ਚਿਰ ਪ੍ਰੇਮ ਰੂਪੀ ਪਾਣੀ ਨਹੀਂ ਪਾਉਂਦਾ ਤੇਰੀ ਸ਼ਰਧਾ ਨਹੀਂ ਪੱਕਣੀ, ਆਖੋ ਸਤਨਾਮ।
ਸ਼ਰਧਾ ਧਾਰ ਕੇ ਸੰਗਤ ਵਿੱਚ ਆ ਜਾ, ਬੇੜੇ ਤੇਰੇ ਪਾਰ ਹੋਣਗੇ। ਸ਼ਰਧਾ ਧਾਰ ਕੇ ਸੰਗਤ ਵਿੱਚ ਆ ਜਾ, ਬੇੜੇ ਤੇਰੇ ਪਾਰ ਹੋਣਗੇ। ਬੇੜੇ ਤੇਰੇ ਪਾਰ ਸ਼ਰਧਾ ਧਾਰ ਕੇ, ਬੇੜੇ ਤੇਰੇ ਬੇੜੇ ਤੇਰੇ ਪਾਰ। ਬੋਲੋ ਜੀ, ਸ਼ਰਧਾ ਧਾਰ ਕੇ ਬੇੜੇ ਤੇਰੇ, ਓ ਸ਼ਰਧਾ ਧਾਰ ਕੇ, ਸ਼ਰਧਾ ਧਾਰ ਕੇ ਸੰਗਤ ਵਿੱਚ ਆ ਜਾ, ਬੇੜੇ ਤੇਰੇ ਪਾਰ। ਸ਼ਰਧਾ ਧਾਰ ਕੇ ਸੰਗਤ ਵਿੱਚ ਆ ਜਾ, ਬੇੜੇ ਤੇਰੇ ਪਾਰ ਹੋਣਗੇ। ਬੇੜੇ ਤੇਰੇ ਪਾਰ ਓ ਸ਼ਰਧਾ ਧਾਰ ਕੇ, ਓ ਬੇੜੇ ਤੇਰੇ ਪਾਰ ਹੋਣਗੇ। ਬੇੜੇ ਤੇਰੇ ਸ਼ਰਧਾ ਧਾਰ ਕੇ, ਬਾਬਾ ਬਾਬਾ ਬੇੜੇ ਤੇਰੇ ਪਾਰ ਹੋਣਗੇ। ਮੇਰੇ ਪਿਆਰੇ ਬੇੜੇ ਤੇਰੇ ਪਾਰ ਹੋਣਗੇ, ਮੇਰੇ ਪਿਆਰੇ ਬੇੜੇ ਤੇਰੇ ਪਾਰ ਹੋਣਗੇ। ਮੇਰੇ ਪਿਆਰੇ ਓ ਸ਼ਰਧਾ ਧਾਰ ਕੇ ਸੰਗਤ ਵਿੱਚ ਆ ਜਾ, ਸੰਗਤ ਵਿੱਚ ਬੇੜੇ ਤੇਰੇ ਸ਼ਰਧਾ ਧਾਰ ਕੇ, ਬੇੜੇ ਤੇਰੇ ਪਾਰ ਸ਼ਰਧਾ ਧਾਰ ਕੇ ਸੰਗਤ ਵਿੱਚ, ਮਨਸਾ ਧਾਰ ਜੋ ਕਰਤੇ ਆਵੇ ਸਾਧ ਸੰਗਤ ਜਨਮ ਮਰਨ ਮਿਟਾਵੇ। ਮਹਾਰਾਜ ਕਹਿੰਦੇ ਸਾਧ ਸੰਗਤ ਬਿਨਾਂ ਭਾਵ ਨਹੀਂ ਉਪਜੈ, ਭਾਵ ਬਿਨ ਭਗਤ ਨਾ ਹੋਏ ਤੇਰੀ। ਮਹਾਰਾਜ ਕਹਿੰਦੇ ਜਦੋਂ ਸਾਧ ਸੰਗਤ ਵਿੱਚ ਆਉਂਦੇ ਹੋ ਭਾਵਨਾ ਬਣਦੀ ਹੈ, ਸ਼ਰਧਾ ਬਣਦੀ ਹੈ। ਜੇ ਭਾਵਨਾ ਨਹੀਂ ਬਣੀ ਸਾਡੀ ਭਗਤੀ ਕੀਤੀ ਥਾਂ ਨਹੀਂ ਪੈਂਦੀ। ਆਖੋ ਸਤਨਾਮ। ਭਾਗਾਂ ਵਾਲੇ ਨੇ ਜਿਹੜੇ ਭਾਵਨਾ ਨਾਲ ਆ ਜਾਣ। ਇਹ ਭਾਈ ਦੋਦੇ ਦੀ ਘਰਵਾਲੀ ਨੰਗੇ ਪੈਰੀ ਚੱਲ ਕੇ ਗਈ, ਦੂਜੇ ਦਿਨ ਵੀ ਦੁੱਧ ਛਕਾਇਆ ਧੰਨ ਗੁਰੂ ਨਾਨਕ ਜੀ ਨੂੰ। ਮਹਾਰਾਜ ਕਹਿੰਦੇ ਭਾਈ ਮੰਗਣਾ ਕੁਝ ਮੰਗ ਲਓ। ਇਹਨੇ ਫੇਰ ਗਲ ਵਿੱਚ ਪੱਲਾ ਪਾਇਆ, ਮਹਾਰਾਜ ਜੇ ਤਰੁੱਠੇ ਹੋ ਕੱਲ ਨੂੰ ਫੇਰ ਆਵਾਂ ਮਹਾਰਾਜ ਦੁੱਧ ਲੈ ਕੇ। ਧੰਨ ਗੁਰੂ ਨਾਨਕ ਜੀ ਦਇਆ ਦੇ ਘਰ ਵਿੱਚ ਆ ਗਏ। ਕਹਿੰਦੇ ਭਾਈ ਬੀਬਾ ਤੇਰੀ ਇੱਛਾ ਹੈ, ਇਹ ਤੇਰੀ ਮਰਜ਼ੀ ਹੈ।
ਆਗਿਆ ਮਿਲ ਗਈ, ਤੀਜੇ ਦਿਨ ਦੀ ਆਗਿਆ ਮਿਲ ਗਈ। ਇੱਧਰ ਭਾਈ ਦੋਦੇ ਨੂੰ ਕਿਸੇ ਨੇ ਚੁਗਲੀ ਕੀਤੀ। ਵਿਦਵਾਨ ਕਹਿੰਦੇ ਨੇ ਚੁਗਲਵਾਜ ਨਾ ਚੁਗਲੀਓਂ ਵਾਜ ਆਉਂਦੇ, ਗੱਲ ਕਹਿੰਦਿਆਂ ਕਹਿੰਦਿਆਂ ਕਹਿ ਜਾਂਦੇ। ਕੱਚੇ ਕੋਠਿਆਂ ਨੂੰ ਜੇਕਰ ਲਿਪੀਏ ਨਾ ਆਖਰ ਟੈਂਦਿਆਂ ਟੈਂਦਿਆਂ ਟਹਿ ਜਾਂਦੇ। ਰੁੱਸੇ ਹੋਏ ਨੂੰ ਜੇਕਰ ਮਨਾਈਏ ਨਾ ਪਵਾੜੇ ਪੈਂਦਿਆਂ ਪੈਂਦਿਆਂ ਪੈ ਜਾਂਦੇ। ਮੈਂ ਕੱਲ੍ਹ ਪਰਸੋਂ ਪੜ੍ਹ ਰਿਹਾ ਸੀ ਆ ਨੈੱਟ 'ਤੇ, ਮੈਂ ਵੇਖਿਆ ਕਹਿੰਦੇ ਰੁੱਸਦਾ ਵੀ ਉਹੀ ਹੁੰਦਾ ਜਿਹਦਾ ਕੋਈ ਹੁੰਦਾ, ਉਹਨੂੰ ਪਤਾ ਹੁੰਦਾ ਮੈਨੂੰ ਮਨਾ ਲੈਣਾ, ਜਿਹਦਾ ਕੋਈ ਹੋਵੇ ਨਾ ਭਾਈ ਉਹ ਰੁੱਸਦਾ ਹੀ ਨਹੀਂ ਹੁੰਦਾ। ਆਖੋ ਸਤਨਾਮ, ਉਹੀ ਰੁੱਸਦਾ ਜਿਹਨੂੰ ਮਾਣ ਹੁੰਦਾ ਵੀ ਹਾਂ ਮੈਨੂੰ ਮਨਾ ਲੈਣਗੇ, ਹੈਗੇ ਮੇਰੇ ਮਨਾਉਣ ਵਾਲੇ ਮੈਨੂੰ, ਉਹੀ ਰੁੱਸਦਾ ਦੂਜਾ ਨਹੀਂ। ਭਾਈ ਦੋਦੇ ਨੂੰ ਚੁਗਲਖੋਰਾਂ ਨੇ ਚੁਗਲੀ ਲਾਈ, ਓਏ ਦੋਦਿਆ ਸਿਖਰ ਦੁਪਹਿਰੇ ਤੇਰੀ ਘਰ ਵਾਲੀ ਜੰਗਲ ਵੱਲ ਜਾਂਦੀ ਆ ਨੰਗੇ ਪੈਰੀ ਚੱਲ ਕੇ, ਇਹ ਨਹੀਂ ਪਤਾ ਵੀ ਜਾਂਦੀ ਕਿੱਥੇ ਆ। ਇਹ ਜਿਹੜਾ ਪਤੀ ਪਤਨੀ ਦਾ ਨਾਤਾ ਬੜਾ ਨਾਜੁਕ ਜਿਹਾ ਨਾਤਾ ਹੈ, ਜਿਹੜਾ ਭਰੋਸੇ 'ਤੇ ਸਹਾਰੇ ਖੜ੍ਹਾ ਹੁੰਦਾ। ਜੇ ਤਾਂ ਭਰੋਸਾ ਬਣਿਆ, ਭਰੋਸਾ ਕਾਇਮ ਆ, ਆਹ ਜ਼ਿੰਦਗੀ ਸਵਰਗ ਵਰਗੀ ਆ। ਜੇ ਵਿੱਚ ਬੇਈਮਾਨੀ ਆ ਗਈ, ਭਰੋਸਾ ਤੋੜੀ ਫਿਰਦੇ ਹੋ ਨਾ, ਇੱਥੇ ਜੀਵਨ ਨਰਕ ਬਣ ਗਿਆ। ਆਖੋ ਸਤਨਾਮ। ਓਏ ਦੋਦੇ ਆ ਤੇਰੀ ਘਰ ਵਾਲੀ ਸਿਖਰ ਦੁਪਹਿਰੇ ਜਾਂਦੀ ਆ ਜੰਗਲ ਵੱਲ ਨੰਗੇ ਪੈਰੀ, ਜਾਂਦੀ ਪਤਾ ਨਹੀਂ ਕਿੱਥੇ ਆ, ਪਤਾ ਕਰ ਲਾ ਆਪਣਾ। ਭਾਈ ਦੋਦਾ ਇੰਨਾ ਕੁ ਸਿਆਣਾ ਨਿਕਲਿਆ, ਕਹਿੰਦਾ ਪਹਿਲਾਂ ਵੇਖਾਂਗੇ, ਪਹਿਲਾਂ ਵੇਖਾਂਗੇ ਵੀ ਜਾਂਦੀ ਕਿੱਥੇ ਆ, ਫੇਰ ਨਿਤਾਰਾ ਕਰਾਂਗੇ। ਇਹ ਵੀ ਵਿਦਵਾਨ ਦੀ ਨੀਤੀ ਆ, ਅੱਖੀਂ ਵੇਖੇ ਬਿਨਾਂ ਕੰਨੀ ਸੁਣੇ ਬਿਨਾਂ ਭਰੋਸਾ ਨਾ ਕਰਿਆ ਕਰੋ। ਕਈ ਲੋਕੀ ਨੇ ਦੂਜਿਆਂ ਪਿੱਛੇ ਲੱਗ ਕੇ ਘਰ ਪੁੱਟ ਲੈਂਦੇ ਨੇ ਆਪਣਾ, ਨਹੀਂ ਪਹਿਲਾਂ ਵੇਖਿਆ ਕਰੋ ਕਹਾਣੀ ਕੀ ਆ, ਗੱਲਬਾਤ ਕੀ ਆ, ਵਿੱਚੋਂ ਨਿਕਲਦਾ ਕੀ ਆ। ਭਾਈ ਦੋਦਾ ਕਹਿੰਦਾ ਲੁੱਕ ਕੇ ਜਾਵਾਂਗੇ ਪਿੱਛੇ ਦੱਬੇ ਪੈਰੀ, ਪਹਿਲਾਂ ਪਤਾ ਕਰਾਂ ਵੀ ਜਾਂਦੀ ਕਿੱਥੇ ਆ। ਸਿਖਰ ਦੁਪਹਿਰੇ ਭਾਈ ਦੋਦੇ ਦੀ ਘਰ ਵਾਲੀ ਬੀਬੀ ਦੁੱਧ ਗਰਮ ਕੀਤਾ, ਭਾਂਡੇ ਵਿੱਚ ਪਾਇਆ, ਨੰਗੇ ਪੈਰੀ ਵਾਹਿਗੁਰੂ 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 ਜਪਦੀ ਤੁਰ ਪਈ। ਇਤਿਹਾਸ ਕਹਿੰਦਾ ਭਾਈ ਦੋਦਾ ਦੱਬੇ ਪੈਰੀ ਗਿਆ ਪਿੱਛੇ CID ਲੈਣ ਲਈ ਵੀ ਜਾਂਦੀ ਕਿੱਥੇ ਆ, ਪਤਾ ਕਰਾਂ। ਜਦੋਂ ਬੀਬੀ ਧੰਨ ਗੁਰੂ ਨਾਨਕ ਜੀ ਦੇ ਚਰਨਾਂ 'ਚ ਪਹੁੰਚ ਗਈ, ਭਾਈ ਦੋਦਾ ਝਾੜੀਆਂ ਉਹਲੇ ਲੁੱਕ ਕੇ ਬਹਿ ਗਿਆ ਝਾੜੀਆਂ ਦੇ ਉਹਲੇ। ਕੀ ਕਹਿੰਦਾ, ਓਏ ਮਨਾ ਆਈ ਤੇ ਚੰਗੀ ਥਾਈ ਆ। ਆਖੋ ਸਤਨਾਮ। ਸਾਹਮਣੇ ਗੁਰੂ ਨਾਨਕ ਪਾਤਸ਼ਾਹ ਬੈਠੇ ਨੇ, ਦੂਰੋਂ ਵੇਖ ਲਿਆ ਵੀ ਕਿੰਨੀ ਮਿੱਠੀ ਬਾਣੀ ਗਾਉਂਦੇ ਨੇ, ਕਿੰਨਾ ਮਿੱਠਾ ਕੀਰਤਨ ਕਰਦੇ ਨੇ। ਪਰ ਇੱਕ ਮਾਣ ਦੀ ਕੰਧ ਆ ਜਿਹੜੀ ਵਿੱਚ ਆ ਜਾਂਦੀ ਹੈ। ਭਾਈ ਦੋਦੇ ਨੇ ਵੇਖ ਤੇ ਲਿਆ, ਧੰਨ ਗੁਰੂ ਨਾਨਕ ਦੇ ਦਰਸ਼ਨ ਤੇ ਹੋ ਗਏ। ਮਾਣ ਕੀ ਕਹਿੰਦਾ, ਮਾਣ ਕਹਿੰਦਾ ਆਈ ਤੇ ਚੰਗੀ ਥਾਈ ਆ, ਪਰ ਮੈਨੂੰ ਪੁੱਛੇ ਬਿਨਾਂ ਆਈ ਆ। ਆਖੋ ਸਤਨਾਮ। ਬਸ ਆਹੀ ਆਕੜ ਆ ਵੀ ਮੈਨੂੰ ਪੁੱਛਿਆ ਨਹੀਂ। ਇਹ ਸਾਡੀਆਂ ਚੌਧਰਾਂ
ਇਹ ਮਾਣ ਤਾਣ ਵਿੱਚ ਅੜਿੱਕਾ ਬਣ ਜਾਂਦਾ ਵੀ ਅਖੰਡ ਪਾਠ ਕਰਾਇਆ ਜੀ ਗੁਰਦੁਆਰੇ, ਸਾਨੂੰ ਪੁੱਛਿਆ ਹੀ ਨਹੀਂ। ਲੈ ਦੱਸੋ, ਇੰਨੀ ਸੰਗਤ ਆ ਗਈ, ਇੰਨਾ ਲਾਹਾ ਲਿਆ, ਇੰਨੀਆਂ ਜੈ ਜੈਕਾਰਾਂ, ਭਾਈ ਸਾਰੀ ਸੇਵਾਦਾਰ ਹੁੰਦੇ ਨੇ ਸਾਰੀ। ਇਹ ਮਾਣ ਆ, ਦੋਦਾ ਕਹਿੰਦਾ ਮੈਨੂੰ ਪੁੱਛੇ ਬਿਨਾਂ ਆਈ ਆ, ਇੰਨਾ ਕੁ ਮਾਣ ਆ ਬਸ। ਇਹ ਬੀਬੀ ਨੇ ਜਦੋਂ ਭਾਂਡਿਆਂ ਵਿੱਚ ਦੁੱਧ ਪਾਇਆ ਨਾ, ਹਿੱਸਿਆਂ ਵਿੱਚ, ਅੱਗੇ ਦੁੱਧ ਪਾਉਂਦੀ ਸੀ ਚਾਰ ਹਿੱਸਿਆਂ ਵਿੱਚ, ਤਿੰਨ ਸਰੀਰ ਮਹਾਰਾਜ ਨੇ, ਚੌਥੀ ਆਪ। ਜਦੋਂ ਚਾਰ ਹਿੱਸਿਆਂ ਵਿੱਚ ਦੁੱਧ ਪਾਇਆ, ਧੰਨ ਗੁਰੂ ਨਾਨਕ ਜੀ ਨੇ ਬਚਨ ਕਿਹਾ, ਕਹਿੰਦੇ ਭਾਈ ਬੀਬਾ ਅੱਜ ਚਾਰ ਹਿੱਸੇ ਨਹੀਂ, ਅੱਜ ਪੰਜ ਹਿੱਸਿਆਂ 'ਚ ਪਾ ਆਖੋ ਸਤਨਾਮ। ਇਹ ਕਹਿੰਦੀ ਮਹਾਰਾਜ ਆਪਾਂ ਤਾਂ ਚਾਰ ਹਾਂ, ਕੱਲ੍ਹ ਵੀ ਚਾਰ ਸੀ, ਪਰਸੋਂ ਵੀ ਚਾਰ, ਅੱਜ ਵੀ ਚਾਰ। ਮਹਾਰਾਜ ਕਹਿੰਦੇ ਨਹੀਂ, ਅੱਜ ਗਿਣਤੀ ਵੱਧ ਗਈ, ਅੱਜ ਪੰਜਵਾਂ ਵੀ ਆ ਗਿਆ, ਆਖੋ ਸਤਨਾਮ। ਅਤੇ ਮਹਾਰਾਜ ਕਹਿੰਦੇ ਨੇ ਪੰਚ ਪਰਵਾਨ, ਪੰਚ ਪ੍ਰਧਾਨ, ਪੰਚੇ ਪਾਵੇ ਦਰਗਹਿ ਮਾਨ। ਇੱਥੇ ਪੰਜਾਂ ਨੂੰ ਪ੍ਰਵਾਨਤਾ ਹੈ। ਮਹਾਰਾਜ ਕਹਿੰਦੇ ਪਹਿਲਾਂ ਚਾਰ ਸੀ, ਅੱਜ ਪੰਜਵਾਂ ਵੀ ਆ ਗਿਆ, ਮਹਾਰਾਜ ਕਿੱਥੇ ਆ? ਮਹਾਰਾਜ ਕਹਿੰਦੇ ਝਾੜੀਆਂ ਉੱਲੇ ਬੈਠਾ, ਆਖੋ ਸਤਨਾਮ। ਜਾ ਭਾਈ ਸਦਕੇ ਲੈ ਆ, ਉਹ ਝਾੜੀਆਂ ਉੱਲੇ ਲੁਕਿਆ ਬੈਠਾ। ਕੱਲ੍ਹ ਮੈਨੂੰ ਪ੍ਰੇਮ ਵਾਲੇ ਕਹਿੰਦੇ ਬਾਬਾ ਜੀ ਆਹੀ ਧਾਰਨਾ ਸੁਣੀ ਸੀ, ਕਾਹਨੂੰ ਲੁਕਿਆ, ਕਰਮਾਂ ਦੇ ਆ ਮਾਰਿਆ, ਇੰਨੇ ਵਿੱਚ ਰੰਗ ਲੱਗ ਗਿਆ। ਪੜ੍ਹਿਓ ਫਿਰ ਆਸਾ ਜੀ ਦੀ ਵਾਰ ਦੀ ਪੌੜੀ ਜਦੋਂ ਪੜ੍ਹਦੇ ਹੁੰਦੇ ਹੋ ਨਾ, ਪੌੜੀ ਭਗਤ ਤੇਰੇ ਮਨ ਭਾਵਦੇ ਦਰ ਸੋਹਨ ਕੀਰਤ, ਨਾਨਕ ਕਰਮਾ ਬਾਹਰੇ। ਜਿਨ੍ਹਾਂ 'ਤੇ ਕਰਮਾਂ ਦੀ ਮਾਰ ਪੈ ਜੇ ਉਹ ਨਹੀਂ ਆਉਂਦੇ ਹੁੰਦੇ, ਨਾਨਕ ਕਰਮਾ ਬਾਹਰੇ, ਦਰ ਢੋ ਨਾ ਲੈਨੀ ਧਾਮ ਦੇ। ਮਹਾਰਾਜ ਕਹਿੰਦੇ ਝਾੜੀਆਂ ਉੱਲੇ ਬੈਠਾ ਲੁਕਿਆ, ਭਾਈ ਉਹਨੂੰ ਸੱਦ ਮਾਰ, ਆਵਾਜ਼ ਮਾਰ। ਇਹ ਬੀਬੀ ਜਦੋਂ ਝਾੜੀਆਂ ਦੇ ਨੇੜੇ ਗਈ, ਕੌਣ ਆ ਭਾਈ? ਲੁਕਦੇ ਤੇ ਕਰਮਾਂ ਦੇ ਮਾਰੇ ਹੁੰਦੇ ਨੇ, ਆ ਜਾ। ਸੱਦ ਰਹੇ ਨੇ ਧੰਨ ਗੁਰੂ ਨਾਨਕ ਜੀ, ਜਿਨ੍ਹਾਂ ਦਾ ਅਵਤਾਰ ਦਿਹਾੜਾ ਸ਼ਰਧਾ ਭਾਵਨਾ ਨਾਲ ਮਨਾ ਰਹੇ ਹੋ। ਇਹ ਬੀਬੀ ਨੇ ਆਵਾਜ਼ਾਂ ਮਾਰਿਆ, ਕਾਹਨੂੰ ਲੁਕਿਆ, ਕਰਮਾਂ ਦੇ ਆ ਮਾਰਿਆ, ਆ ਜਾ ਸਤਿਗੁਰ ਆਵਾਜ਼ਾਂ ਮਾਰ ਦੇ, ਲੁਕਿਆ ਕਰਮਾਂ ਦੇ ਆ ਮਾਰਿਆ, ਆ ਜਾ ਸਤਿਗੁਰ ਆਵਾਜ਼ਾਂ ਮਾਰ ਦੇ। ਆਜਾ ਸਤਿਗੁਰ ਆਵਾਜ਼ਾਂ, ਇਹਦੀ ਆਵਾਜ਼ ਰੱਖ ਲੁਕਿਆ, ਆਜਾ ਸਤਿਗੁਰ ਆਵਾਜ਼ਾਂ ਮਾਰ ਦੇ। ਆਜਾ ਸਤਿਗੁਰ ਆਵਾਜ਼ਾਂ ਮਾਰ ਦੇ,
ਕਾਹਨੂੰ ਲੁਕੇ ਕਾਹਨੂੰ ਲੁਕੇ ਲੁਕੇ ਕਰਮਾਂ ਦੇ ਅਮਾਰਿਆ ਆ ਜਾ ਸਤਿਗੁਰ ਵਜਾ ਕਾਹਨੂੰ ਲੁਕੇ ਕਰਮਾਂ ਦੇ ਅਮਾਰਿਆ ਆ ਜਾ ਸਤਿਗੁਰ ਵਜਾ ਮਾਰ ਦੇ ਸਤਿਗੁਰ ਵਜਾ ਗੱਜ ਕੇ ਗੱਜ ਕੇ ਆਜਾ ਸਤਿਗੁਰ ਵਾਜਾ ਮਾਰ ਦੇ ਬੋਲਿਓ ਜੀ ਆਜਾ ਸਤਿਗੁਰ ਗੱਜ ਕੇ ਕਾਹਨੂੰ ਲੁਕੇ ਆਜਾ ਸਤਿਗੁਰ ਵਾਜਾ ਮੇਰੇ ਪਿਆਰੇ ਆਜਾ ਸਤਿਗੁਰ ਵਾਜਾ ਮੇਰੇ ਪਿਆਰੇ ਆ ਜਾ ਸਤਿਗੁਰ ਵਾਜਾ ਮਾਰ ਦੇ ਆ ਜਾ ਸਤਿਗੁਰ ਵਾਜਾ ਮਾਰ ਦੇ ਆ ਜਾ ਮੇਰੇ ਪਿਆਰੇ ਆ ਜਾ ਸਤਿਗੁਰ ਉਹ ਕਾਹਨੂੰ ਲੁਕੇ ਕਰਮਾਂ ਦੇ ਅਮਾਰਿਆ ਜਾ ਕਾਹਨੂੰ ਲੁਕੇ ਕਰਮਾਂ ਦੇ ਅਮਾਰਿਆ ਆ ਜਾ ਸਤਿਗੁਰ ਵਾਜਾ ਮਾਰ ਦੇ ਕਾਹਨੂੰ ਆਜਾ ਸਤਿਗੁਰ ਵਾਜਾ ਭਾਈ ਦੋਦੇ ਦੀ ਘਰ ਵਾਲੀ ਜਦੋਂ ਜਾ ਕੇ ਵਾਜਾ ਲਾਇਆ ਭਾਈ ਕੌਣ ਆ ਆਜਾ ਮਹਾਰਾਜ ਸੱਦ ਰਹੇ ਨੇ ਕਰਮਾਂ ਦੇ ਮਾਰੇ ਲੁਕਦੇ ਹੁੰਦੇ ਨੇ ਆਜਾ ਮਹਾਰਾਜ ਸੱਦ ਰਹੇ ਨੇ ਜਦੋਂ ਭਾਈ ਦੋਦਾ ਝਾੜੀਆ ਉਹਲੋਂ ਨਿਕਲ ਕੇ ਬਾਹਰ ਆਇਆ ਨਾ ਬੀਬੀ ਨੂੰ ਚਾਅ ਚੜ ਗਿਆ ਕਹਿੰਦੀ ਇਹ ਤਾਂ ਮੇਰੇ ਘਰ ਵਾਲਾ ਹੀ ਆ ਕਹਿੰਦੀ ਆ ਜਾਓ ਜੀ ਮਹਾਰਾਜ ਬੈਠੇ ਨੇ ਦਰਸ਼ਨ ਕਰ ਲਓ ਮੱਥਾ ਟੇਕੋ ਆ ਕੇ ਭਾਈ ਦੋਦਾ ਆਇਆ ਘਰ ਵਾਲੀ ਕਹਿੰਦੀ ਮੱਥਾ ਟੇਕੋ ਕਹੇ ਕਹਾਏ ਮੱਥਾ ਟੇਕਿਆ ਕਾਹਦਾ ਮੱਥਾ ਟੇਕਣਾ ਹੁੰਦਾ ਜਿਵੇਂ ਆਪਾਂ ਕਹਿੰਦੇ ਹਾਂ ਪੁੱਤ ਅੰਕਲ ਜੀ ਆਇਆ ਪੈਰੀ ਹੱਥ ਲਾਓ ਕਹਿੰਦੇ ਹਾਂ ਨਾ ਸਤਿ ਸ਼੍ਰੀ ਅਕਾਲ ਬੁਲਾਓ ਬੱਚੇ ਕੀ ਕਰਦੇ ਨੇ ਫਿਰ ਗੋਡਿਆਂ ਤੱਕ ਮਾੜਾ ਜਿਹਾ ਇੱਦਾਂ ਮਾੜਾ ਜਿਹਾ ਇੱਕ ਫਾਰਮੈਲਿਟੀ ਹੁੰਦੀ ਆ ਕਦੀ ਮਾਂ ਪਿਓ ਦੇ ਪੈਰੀ ਹੱਥ ਲਾ ਕੇ ਵੇਖਿਓ ਕਿੰਨਾ ਆਨੰਦ ਆਉਂਦਾ ਇੱਥੇ ਮੱਥਾ ਟੇਕਦੇ ਹੋ ਨਾ ਜਿਹੜਾ ਮੱਥਾ ਟੇਕਣ ਦਾ ਆਨੰਦ ਆ ਜਿਹੜਾ ਅੰਦਰੋਂ ਟੇਕੇ ਫਿਰ ਆ ਆਨੰਦ ਘਰ ਵਾਲੀ ਕਹਿੰਦੀ ਮੱਥਾ ਟੇਕੋ ਮਾੜੇ ਜਿਹੇ ਹੱਥ ਜੋੜੇ ਬਹਿ ਗਿਆ ਸਾਹਮਣੇ ਮਹਾਰਾਜ ਕਹਿੰਦੇ ਭਾਈ ਦੁੱਧ ਛਕ ਲਾ ਦੁੱਧ ਆ ਦੁੱਧ ਛਕ ਭਾਈ ਇਹ ਪਤਾ ਕੀ ਕਹਿੰਦਾ ਤੁਸੀਂ ਛਕ ਲਓ ਮਹਾਰਾਜ ਸਾਡੇ ਤੇ ਘਰੋਂ ਹੀ ਆਇਆ ਆਖੋ ਸਤਨਾਮ ਇੰਨਾ ਮਨ ਵਿੱਚ ਮਾਣ ਕਹਿੰਦਾ ਸਾਡੇ ਤੇ ਘਰੋਂ ਆਇਆ ਅਸੀਂ ਤੇ ਨਿੱਤ ਪੀਂਦੇ ਹਾਂ ਤੁਹਾਨੂੰ ਕਦੇ ਕਦੇ ਮਿਲਦਾ ਹੂੰ ਮਹਾਰਾਜ
ਤੁਸੀਂ ਛਕ ਲਓ। ਮਹਾਰਾਜ ਵੇਖ ਲਿਆ ਵੀ ਮਨ ਵਿੱਚ ਮਾਣ ਆ, ਜਿਹੜੇ ਬੰਦੇ ਦੇ ਮਨ ਵਿੱਚ ਮਾਣ ਆ ਨਾ ਉਹਦੇ ਮੱਥੇ ਦੀਆਂ ਲਕੀਰਾਂ ਦੱਸਦੀਆਂ ਨੇ ਇਹਦੇ ਮਨ ਵਿੱਚ ਮਾਣ, ਉਹਦੀ ਵੇਖਣੀ, ਉਹਦਾ ਤੁਰਨਾ, ਉਹਦਾ ਬੋਲਣਾ ਦੱਸੇਗਾ ਵੀ ਇਹਦੇ ਮਨ ਵਿੱਚ ਮਾਣ ਆ ਗਿਆ। ਹੁਣ ਮਹਾਰਾਜ ਦੀ ਬਾਣੀ ਕੀ ਕਹਿੰਦੀ ਹੈ, ਹਰਜੂ ਅਹੰਕਾਰ ਨਾ ਭਾਵਈ। ਵੇਦ ਕੂਕ ਸੁਣਾਵੇ, ਵੇਦਾਂ ਨੇ ਪਕਾਰ ਪਕਾਰ ਕੇ ਕਹਿ ਦਿੱਤਾ ਓਏ ਹਰੀ ਪਰਮੇਸ਼ਰ ਨੂੰ ਮਾਣ ਨਹੀਂ ਪਾਉਂਦਾ, ਜਿਸਦਾ ਦਿੱਤਾ ਖਾਵਣਾ ਤਿਸ ਕਹੀਐ ਸਾਬਾਸ਼। ਨਾਨਕ ਹੁਕਮ ਨਾ ਚੱਲੇ ਨਾਲ ਖਸਮ ਚੱਲੇ ਅਰਦਾਸ, ਇੱਥੇ ਹੁਕਮ ਨਹੀਂ ਚੱਲਦਾ ਵੀ ਆਹ ਕਰੋ ਆਹ ਕਰੋ ਪਹਿਲਾਂ ਆਹ ਕਰੋ ਪਹਿਲਾਂ ਆਹ ਕਰੋ, ਨਹੀਂ ਇੱਥੇ ਪ੍ਰੇਮ ਦੀ ਅਰਦਾਸ ਆ, ਜਿਹੜਾ ਮਰਜ਼ੀ ਕਰ ਲਵੇ ਆ। ਭਾਈ ਦੋਦੇ ਦੇ ਮਨ ਵਿੱਚ ਮਾਣ, ਕਹਿੰਦਾ ਸਾਡੇ ਤਾਂ ਘਰੋਂ ਆਇਆ ਜੀ, ਅਸੀਂ ਤਾਂ ਨਿੱਤ ਪੀਂਦੇ ਹਾਂ, ਤੁਹਾਨੂੰ ਕਦੇ ਕਦੇ ਮਿਲਦਾ ਹੋਣਾ, ਤੁਸੀਂ ਪੀ ਲਓ। ਮਹਾਰਾਜ ਹੱਸ ਕੇ ਜੇ ਕਹਿੰਦੇ ਕੋਈ ਨਾ ਭਾਈ, ਜੇ ਤੇਰੇ ਘਰੋਂ ਹੀ ਆਇਆ ਥੋੜ੍ਹਾ ਸ਼ਕਲਾ, ਦੋ ਘੁੱਟਾਂ ਭਰੀਆਂ ਉੱਥੇ ਫੇਰ ਰੱਖਿਆ। ਮਹਾਰਾਜ ਕਹਿੰਦੇ ਉਹ ਸਾਹਮਣੇ ਨਦੀ ਵਹਿੰਦੀ ਆ, ਮਹਾਰਾਜ ਨੇ ਵੇਖਿਆ ਇਹਦਾ ਮਾਣ ਕੱਢੀਏ, ਮੈਂ ਕਹਿੰਦਾ ਭਾਗਾਂ ਵਾਲਾ ਜਿਹਦਾ ਮਾਣ ਸਤਿਗੁਰੂ ਕੱਢ ਦੇਣ। ਜਿਹੜੇ ਬੰਦੇ ਨੂੰ ਪਤਾ ਲੱਗ ਜਾਏ ਨਾ ਵੀ ਮੇਰੇ ਅੰਦਰ ਆਹ ਬਿਮਾਰੀ ਆ, ਡਾਕਟਰ ਸੌ ਹੀਲਾ ਕਰ ਦਿੰਦੇ ਨੇ, ਅਤੇ ਕਈਆਂ ਦਾ ਕਹਿੰਦੇ ਆ ਪਤਾ ਹੀ ਨਹੀਂ ਲੱਗਿਆ, ਆਖੋ ਸਤਨਾਮ, ਕਿਹੜੀ ਬਿਮਾਰੀ ਸੀ ਕੀ ਹੋਇਆ ਪਤਾ ਹੀ ਨਹੀਂ ਲੱਗਿਆ, ਬਸ ਆਹ ਕਹਿੰਦੇ ਹਨ ਜਿਹਦਾ ਪਤਾ ਨਾ ਲੱਗੇ ਸਾਰੀ ਬਾਜ਼ੀ ਹੱਥੋਂ ਨਿਕਲ ਜਾਂਦੀ ਹੈ। ਪਤਾ ਲੱਗ ਜੇ ਵੀ ਸਾਡੇ ਅੰਦਰ ਮਾਣ ਆ, ਅਸੀਂ ਸੌ ਹੀਲਾ ਕਰਾਂਗੇ। ਉਹ ਹਉਮੈ ਦੀ ਦਵਾਈ ਮਹਾਰਾਜ ਦਿੰਦੇ ਨੇ, ਹਉਮੈ ਦੀਰਘ ਰੋਗ ਹੈ ਦਾਰੂ ਭੀ ਇਸ ਮਾਹੇ। ਮਹਾਰਾਜ ਕਹਿੰਦੇ ਹਉਮੈ ਵੱਡਾ ਰੋਗ ਆ ਪਰ ਦਵਾਈ ਇਹਦੇ ਵਿੱਚ ਆ, ਹਉਮੈ ਦੀਰਘ ਰੋਗ ਹੈ ਦਾਰੂ ਭੀ ਇਸ ਮਾਹੇ। ਕਿਹੜੀ ਦਵਾਈ? ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ। ਜਿਹੜਾ ਵਾਹਿਗੁਰੂ 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 ਕਮਾਈ ਕਰ ਲੈਂਦਾ, ਹਉਮੈ ਨਿਕਲ ਜਾਂਦੀ ਆ, ਮੈਂ ਮੇਰੀ ਨਿਕਲ ਜਾਂਦੀ ਆ, ਮਾਣ ਛੱਡ ਕੇ ਨਿਮਾਣਾ ਹੋ ਜਾਂਦਾ। ਮਹਾਰਾਜ ਨੇ ਵੇਖਿਆ ਇਹਦੇ ਮਨ ਵਿੱਚ ਮਾਣ ਆ, ਇਹਦਾ ਮਾਣ ਕੱਢੀਏ ਫਿਰ ਭਾਈ ਦੋਦਿਆ, ਆਹ ਗੜਬਾ ਲੈ ਜਾ, ਨਦੀ ਵਹਿੰਦੀ ਆ ਭਰ ਕੇ ਲਿਆ ਪਾਣੀ ਦਾ, ਹੱਥ ਸੁੱਚੇ ਕਰਾ, ਅਰਦਾਸ ਕਰੀਏ ਤੁਹਾਡਾ ਭਲਾ ਹੋਵੇ। ਭਾਈ ਦੋਦੇ ਨੇ ਗੜਬਾ ਚੁੱਕਿਆ, ਜਦੋਂ ਤੁਰਿਆ ਜਾਂਦਾ ਨਾ ਨਦੀ ਵੱਲ ਨੂੰ, ਗੜਬਾ ਚੁੱਕੀ ਨਦੀ ਵੱਲ ਨੂੰ ਤੁਰਿਆ ਜਾਵੇ, ਇਹਦੀ ਤੋਰ ਵੇਖ ਲਈ ਮਾਲਕ ਨੇ, ਜਿਹੜੀ ਗੱਡੀ ਦੀ ਲੈਨਮੈਂਟ ਹਿੱਲੀ ਹੁੰਦੀ ਆ ਨਾ, ਮਿਸਤਰੀ ਕਹਿੰਦਾ ਬਬਲੰਗ ਕਰਦੀ ਆ, ਬਾਬਾ ਜੀ ਲੈਨਮੈਂਟ ਕਰਾਓ ਇਹਦੀ ਗੱਡੀ ਦੀ, ਅਤੇ ਜਿਹੜੀ ਗੱਡੀ ਦੀ ਲੈਨਮੈਂਟ ਹੋ ਜੇ ਉਹ ਤੀਰ ਵਾਂਗੂ ਸਿੱਧੀ ਜਾਂਦੀ ਆ। ਆਖੋ ਸਤਨਾਮ, ਮੈਨੂੰ ਮਾਫ਼ ਕਰਿਓ, ਸਾਡੀਆਂ ਲੈਨਮੈਂਟਾਂ ਹਿੱਲੀਆਂ ਹੋਈਆਂ ਨੇ, ਅੱਖਾਂ ਦੀ ਲੈਨਮੈਂਟ ਸਾਡੀ ਹਿੱਲੀ ਪਈ ਆ, ਆ ਪੈਰ ਸਾਡੇ ਬੇਸੁਰੇ ਹੋਏ ਫਿਰਦੇ ਨੇ, ਮਾੜੇ ਪਾਸੇ ਭੱਜ ਕੇ ਜਾਂਦੇ ਹਾਂ, ਮਾੜਾ ਤੱਕਣਾ ਹੋਵੇ ਉਹ ਖੜ ਗਏ ਉਹ ਖੜ ਗਏ, ਅੱਖਾਂ ਬੇਸੁਰੀਆਂ ਸਾਡੀਆਂ, ਹੱਥ ਸਾਡੇ ਬੇਸੁਰੇ ਹੋਏ ਪਏ ਨੇ, ਜਿਹੜੇ ਸੇਵਾ ਕਰਦੇ ਨੇ ਉਹਨਾਂ ਦੇ ਹੱਥ ਸੁਰ ਵਿੱਚ ਆ ਜਾਂਦੇ ਨੇ,
ਜਿਹੜੇ ਗੁਰੂ ਨਾਨਕ ਦੇ ਘਰ ਵੱਲ ਤੁਰ ਕੇ ਆਉਂਦੇ ਨੇ ਪੈਰ ਸੁਰ ਵਿੱਚ ਆ ਜਾਂਦੇ ਨੇ, ਜਿਹੜੇ ਅੱਖਾਂ ਨਾਲ ਪਰਾਇਆ ਧਨ ਵੇਖਣਾ ਛੱਡ ਦਿੰਦੇ ਨੇ ਅੱਖਾਂ ਸੁਰ ਵਿੱਚ ਆ ਜਾਂਦੀਆਂ ਨੇ, ਜਿਹੜੇ ਕੰਨਾਂ ਵਿੱਚ ਗੰਦ ਮੰਦ ਪਾਉਣਾ ਛੱਡ ਦੇਣ ਬਾਣੀ ਪੈਣ ਲੱਗ ਪਵੇ ਕੰਨ ਵੀ ਸੁਰ ਵਿੱਚ ਆ ਜਾਂਦੇ ਨੇ। ਇਹ ਵੱਡੀਆਂ ਖੇਡਾਂ ਨੇ, ਮਹਾਰਾਜ ਵੱਡੇ ਪ੍ਰਤਾਪ ਦੇ ਮਾਲਕ ਨੇ। ਭਾਈ ਦੋਦਾ ਗੜਬਾ ਚੁੱਕੀ ਜਾਵੇ ਨਦੀ ਵੱਲ ਨੂੰ, ਮਹਾਰਾਜ ਨੇ ਵੇਖ ਲਿਆ ਵੀ ਬਹੁਤਾ ਹੀ ਮਨ ਵਿੱਚ ਮਾਣ ਭਰਿਆ ਹੋਇਆ, ਕੱਢੀਏ। ਭਾਈ ਦੋਦੇ ਨੇ ਜਦੋਂ ਗੜਬਾ ਡਬੋਇਆ ਨਦੀ ਵਿੱਚ ਜਾ ਕੇ, ਇੱਦਾਂ ਲੱਗਿਆ ਨਾ ਪਾਣੀ ਭਰਨ ਨਦੀ ਵਿੱਚ, ਕੀ ਵੇਖਿਆ? ਭਾਈ ਦੋਦੇ ਨੂੰ ਇੱਦਾਂ ਲੱਗਿਆ ਵੀ ਗੜਬੇ ਵਿੱਚ ਪਾਣੀ ਨਹੀਂ ਪੈਂਦਾ, ਇੱਦਾਂ ਲੱਗਿਆ ਵੀ ਗੜਬੇ ਵਿੱਚ ਦੁੱਧ ਪੈਂਦਾ। ਆਖੋ ਸਤਨਾਮ, ਕਮਾਲ ਹੋ ਗਈ। ਜਿਹੜਾ ਕਹਿੰਦਾ ਸੀ ਸਾਡੇ ਘਰੋਂ ਦੁੱਧ ਆਇਆ, ਅਸੀਂ ਤਾਂ ਨਿੱਤ ਪੀਂਦੇ ਹਾਂ, ਮਹਾਰਾਜ ਨੇ ਇੱਕ ਮਿੰਟ ਵੀ ਲਾਇਆ ਸਾਰਾ ਮਾਣ ਕੱਢਿਆ। ਇਹਨੂੰ ਇੱਦਾਂ ਲੱਗਿਆ ਵੀ ਗੜਬੇ ਵਿੱਚ ਪਾਣੀ ਨਹੀਂ ਪੈਂਦਾ, ਦੁੱਧ ਪੈਂਦਾ। ਇਹਨੇ ਡੋਲਿਆ ਫਿਰ ਭਰਿਆ, ਜਿਵੇਂ ਆਪਾਂ ਕਹਿੰਦੇ ਹਾਂ ਭੁਲੇਖਾ ਤਾਂ ਨਹੀਂ ਪੈਂਦਾ ਝਾੜ ਕੇ ਜੇ ਸਰੀਰ ਨੂੰ, ਵੀ ਚਾਹੁੰਦੀ ਤਾਂ ਨਹੀਂ ਲੱਗ ਗਈ ਕਿਤੇ। ਇਹਨੇ ਫਿਰ ਗੜਬਾ ਡਬੋਇਆ ਫਿਰ ਭਰਿਆ, ਇੱਦਾਂ ਲੱਗਿਆ ਗੜਬਾ ਦੁੱਧ ਦਾ ਭਰਿਆ, ਫਿਰ ਡੋਲਿਆ ਫਿਰ ਭਰਿਆ। ਸਾਹਮਣੇ ਧੰਨ ਗੁਰੂ ਨਾਨਕ ਜੀ ਮਹਾਰਾਜ ਬੈਠੇ, ਆਵਾਜ਼ ਮਾਰੀ ਉਹ ਦੋਦਿਆ, ਭਾਈ ਭਰੀ ਜਾਂਦਾ ਡੋਲੀ ਜਾਂਦਾ, ਭਰੀ ਜਾਂਦਾ ਡੋਲੀ ਜਾਂਦਾ, ਖੇਡ ਕੀ ਹੈ? ਇਹ ਕਹਿੰਦਾ ਮਹਾਰਾਜ ਮੈਨੂੰ ਇੱਦਾਂ ਲੱਗਦਾ ਵੀ ਗੜਬੇ ਵਿੱਚ ਪਾਣੀ ਨਹੀਂ ਪੈਂਦਾ, ਦੁੱਧ ਪੈਂਦਾ। ਮਹਾਰਾਜ ਨੇ ਸਾਰੀ ਨਦੀ ਇੱਦਾਂ ਦੁੱਧ ਦੀ ਵਗਾ ਕੇ ਵਿਖਾ ਦਿੱਤੀ, ਸਾਰਾ ਮਾਣ ਕੱਢਿਆ। ਜਿਹੜਾ ਕਹਿੰਦਾ ਸੀ ਸਾਡੇ ਘਰੋਂ ਆਇਆ ਦੁੱਧ, ਅਸੀਂ ਨਿੱਤ ਪੀਂਦੇ ਹਾਂ, ਤੁਹਾਨੂੰ ਕਦੇ ਕਦੇ ਮਿਲਦਾ ਹੋਊ, ਸਾਰਾ ਮਾਣ ਛੱਡ ਕੇ ਉਹ ਸਾਰਾ ਗੜਬਾ ਸੁੱਟ ਕੇ ਭੱਜ ਕੇ ਆ ਗਿਆ ਚਰਨਾਂ 'ਤੇ ਢਹਿ ਪਿਆ। ਮਹਾਰਾਜ ਮੇਰੇ ਤੋਂ ਭੁੱਲ ਹੋ ਗਈ, ਮਹਾਰਾਜ ਮੈਂ ਅਪਰਾਧੀ ਹੋ ਗਿਆ, ਮਹਾਰਾਜ ਇੰਨਾ ਸ਼ੰਕਾ ਕਰ ਬੈਠਿਆ, ਹਾਂ ਅਪਰਾਧੀ ਗੁਨਾਹਗਾਰ ਹਾਂ ਬੇਮੁੱਖ ਬੰਦਾ, ਐ ਮਾਲਕ ਜੀ ਬਖਸ਼ ਲਿਓ, ਮਹਾਰਾਜ ਬਖਸ਼ ਲਿਓ ਮੇਰੀਆਂ ਭੁੱਲਾਂ। ਚਰਨਾਂ 'ਤੇ ਢਹਿ ਗਿਆ। ਮਹਾਰਾਜ ਕਹਿੰਦੇ ਮੰਗ ਕੀ ਮੰਗਦਾ ਦੋਦਿਆ, ਮੰਗ। ਇਹ ਕੀ ਕਹਿੰਦਾ ਫਿਰ? ਮਹਾਰਾਜ ਘਰ ਵਿੱਚ ਇੱਕੇ ਗਊ ਆ, ਦੁੱਧ ਚੋਨੇ ਆ ਤੁਹਾਡੇ ਚਰਨਾਂ 'ਤੇ ਲੈ ਆਉਂਦੇ ਹਾਂ, ਮਹਾਰਾਜ ਦੁੱਧ ਦੀ ਵੀ ਘਾਟ ਆ। ਇਤਿਹਾਸ ਵਿੱਚ ਲਿਖਿਆ ਕਹਿੰਦੇ ਮਹਾਰਾਜ ਘਰ ਵਿੱਚ ਪੁੱਤਰ ਵੀ ਹੈ ਨਹੀਂ, ਬੱਚਾ ਵੀ ਨਹੀਂ ਅਜੇ ਹੋਇਆ। ਮਹਾਰਾਜ ਕਹਿੰਦੇ ਦੋਦਿਆ ਦੁੱਧ ਦੀ ਘਾਟ ਹੀ ਰਹਿਣੀ ਭਾਈ, ਦੁੱਧ ਵੀ ਹੋਏਗਾ। ਕਹਿੰਦੇ ਬੱਚੇ ਇੱਕ ਛੱਡ ਸਮਾਂ ਪਾ ਕੇ ਦੋ ਹੋਣਗੇ। ਆਖੋ ਸਤਨਾਮ, ਇਹ ਵੀ ਵਚਨ ਕੀਤਾ, ਕਿਉਂਕਿ ਇਹ ਜ਼ਰੂਰੀ ਆ। ਪੁੱਤੀ ਗੰਢ ਪਵੇ ਸੰਸਾਰ, ਪੀੜ੍ਹੀ ਅੱਗੇ ਚੱਲਦੀ ਆ। ਮਹਾਰਾਜ ਨੇ ਵਚਨ ਕੀਤਾ ਦੋ ਪੁੱਤਰ ਹੋਣਗੇ, ਸੱਤ ਵਚਨ ਮਹਾਰਾਜ। ਫਿਰ ਬੜੀ ਸ਼ਰਧਾ ਜਾਗੀ, ਕਹਿੰਦੇ ਛੱਪਰੀਆਂ ਕਾਨਿਆਂ ਦੀਆਂ ਬਣਾਈਆਂ ਦੋ ਭਾਈ ਦੋਦੇ ਨੇ, ਦੋ ਚਾਰ ਬੰਦੇ ਨਾਲ ਹੋਰ ਰਲ ਗਏ, ਕਾਨਿਆਂ ਦੀ ਛੱਪਰੀ ਬਣਾਈ ਮਹਾਰਾਜ ਰਹਿਣ ਲਈ। ਜਿਹਦੀ ਜਗ੍ਹਾ ਸੀ ਨਾ ਸੇਠ ਕਰੋੜੀ ਮੱਲ, ਨਾਮ ਆਇਆ ਇਤਿਹਾਸ ਵਿੱਚ ਉਹਦਾ। ਉਹਨੂੰ ਜਾ ਕੇ ਕਿਸੇ ਨੇ ਕਿਹਾ ਓਏ ਤੇਰੀ ਜਗ੍ਹਾ ਦੱਬ ਲਈ ਆ ਕੇ ਫਕੀਰਾਂ ਨੇ,
ਅੱਜ ਆ ਕੇ ਬਹਿ ਗਏ ਨੇ, ਦੱਬ ਵੀ ਲੈਣਗੇ ਜੇ ਨਾ ਛਡਾਈ। ਕਹਿੰਦੇ ਕਰੋੜੀ ਮੱਲ ਸੋਟਾ ਲੈ ਕੇ ਤੁਰਿਆ, ਬਾਣੀ ਵਿੱਚ ਬਚਨ ਆਉਂਦਾ ਹਮਰੀ ਭੂਮ ਕੌਣ ਘਾਲੈ ਪੈਰ। ਕਹਿੰਦਾ ਮੇਰੀ ਜ਼ਮੀਨ ਵਿੱਚ ਪੈਰ ਪਾਉਣ ਵਾਲਾ ਕੌਣ ਆਵੇ ਬਈ, ਮੇਰੀ ਜ਼ਮੀਨ ਮੈਂ ਮਾਲਕ। ਜਦੋਂ ਤੁਰਿਆ ਕਰੇ ਨਾ ਅੱਖਾਂ ਅੱਗੇ ਹਨੇਰੀ ਆ ਜਾਇਆ ਕਰੇ, ਨਜ਼ਰ ਨਾ ਆਵੇ ਕੁਝ, ਪਿੱਛੇ ਮੁੜਦਾ ਨਜ਼ਰ ਆਉਂਦਾ ਅੱਗੇ ਜਾਂਦਾ ਹਨੇਰਾ। ਉਹ ਪ੍ਰੇਮ ਵਾਲੇ ਨੇ ਗਿਆਨ ਕਰਾਇਆ, ਓਏ ਸੇਠ ਕਰੋੜੀ ਮੱਲ ਉਹ ਕੋਈ ਆਮ ਨਹੀਂ, ਉਹ ਨਿਰੰਕਾਰੀ ਨੇ, ਕਲ ਯੁਗ ਬਾਬੇ ਤਾਰਿਆ ਮਾਰਾ ਤਾਰਨ ਆਏ ਨੇ ਧੰਨ ਗੁਰੂ ਨਾਨਕ। ਸ਼ਰਧਾ ਧਾਰ ਕੇ ਜਾਵੇਂਗਾ ਤਾਰ ਦੇਣਗੇ, ਮਾਣ ਕਰਕੇ ਜਾਵੇਂਗਾ ਕਿਤੇ ਮੱਥਾ ਨਾ ਫਕੀਰਾਂ ਨਾਲ ਲਾਇਓ, ਲੇਖਾ ਦੇਣਾ ਔਖਾ ਹੋ ਜਾਂਦਾ, ਰੱਬ ਦੇ ਫਕੀਰਾਂ ਨਾਲ ਮੱਥਾ, ਬਾਣੀ ਪੜ੍ਹਨ ਵਾਲਿਆਂ ਨਾਲ ਵੈਰ, ਸੰਤਾਂ ਨਾਲ ਵੈਰ ਕਮਾਉਂਦੇ, ਦੁਸ਼ਟਾਂ ਨਾਲ ਮੋਹ ਪਿਆਰ। ਅੱਗੇ ਪਿੱਛੇ ਸੁੱਖ ਨਹੀਂ, ਨਾ ਅੱਗੇ ਦਰਗਾਹ ਵਿੱਚ ਸੁੱਖ, ਨਾ ਆ ਲੋਕ ਵਿੱਚ ਸੁੱਖ, ਮਰ ਜੰਮੇ ਵਾਰੋ ਵਾਰ। ਲੇਖਾ ਦੇਣਾ ਔਖਾ ਹੋ ਜੂਗਾ ਕਿਤੇ ਮੱਥਾ ਨਾ ਫਕੀਰਾਂ ਨਾਲ ਲਾਇਓ, ਲੇਖਾ ਦੇਣਾ ਔਖਾ ਹੋ ਜੂਗਾ। ਲੇਖਾ ਦੇਣਾ ਮੱਥਾ ਨਾ ਫਕੀਰਾਂ ਗੱਜ ਕੇ ਔਖਾ ਹੋ ਜੂ, ਕਿਤੇ ਮੱਥਾ ਨਾ ਲੇਖਾ ਦੇਣਾ ਕਿਤੇ ਮੱਥਾ ਨਾ ਬੋਲ, ਲੇਖਾ ਦੇਣਾ ਪਿਆਰੇ ਲੇਖਾ ਦੇਣਾ ਜੀ ਔਖਾ ਹੋ ਜੂਗਾ, ਲੇਖਾ ਦੇਣਾ ਜੀ ਔਖਾ ਹੋ ਜੂਗਾ। ਲੇਖਾ ਦੇਣਾ ਔਖਾ ਹੋ ਜੂਗਾ, ਔਖਾ ਲੇਖਾ ਦੇਣਾ ਉਹ ਕਿਤੇ ਭੁੱਲ ਕੇ ਨਾ ਪਾਪ ਕਮਾਇਓ, ਪਾਪ ਕਮਾਇਓ। ਲੇਖਾ ਦੇਣਾ ਔਖਾ ਕਿਤੇ ਮੱਥਾ ਨਾ ਫਕੀਰਾਂ ਨਾਲ ਲਾਇਓ, ਲੇਖਾ ਦੇਣਾ ਔਖਾ ਹੋ ਜੂਗਾ, ਉਹ ਕਿਤੇ ਮੱਥਾ ਨਾ ਲੇਖਾ ਦੇਣਾ ਔਖਾ ਹੋ ਜੂਗਾ। ਲੇਖਾ ਦੇਣਾ ਕਿਤੇ ਮੱਥਾ ਨਾ, ਲੇਖਾ ਦੇਣਾ ਰੱਬ ਦੇ ਪਿਆਰਿਆਂ ਨਾਲ ਵੈਰ, ਬੰਦਗੀ ਕਰਨ ਵਾਲਿਆਂ ਨਾਲ ਵੈਰ,
ਬਾਣੀ ਪੜ੍ਹਨ ਵਾਲਿਆਂ ਨਾਲ ਵੈਰ, ਇਹ ਭੁੱਲ ਕੇ ਪਾਪ ਨਾ ਕਮਾਈ। ਓਏ ਸੇਠ ਕਰੋੜੀ ਮੱਲਾ, ਸ਼ਰਧਾ ਧਾਰ ਕੇ ਜਾਵੇਂਗਾ, ਤਾਰ ਦੇਣਗੇ ਮਹਾਰਾਜ। ਫਿਰ ਸੋਟਾ ਸੁੱਟ ਕੇ ਆਇਆ, ਮਨ ਨੀਵਾਂ ਕਰਕੇ ਆਇਆ, ਮਹਾਰਾਜ ਆ ਸਾਰੀ ਜਗ੍ਹਾ ਮੈਂ ਤੁਹਾਨੂੰ ਭੇਟਾ ਕਰਦਾ, ਮਹਾਰਾਜ ਸਾਰੀ ਜ਼ਮੀਨ ਸਾਂਭੋ ਮਹਾਰਾਜ। ਮਹਾਰਾਜ ਕਹਿੰਦੇ ਵਾਹ ਬਈ ਵਾਹ, ਓਏ ਅਸੀਂ ਫੱਕਰ ਫਕੀਰ ਬੰਦੇ, ਅਸੀਂ ਪਰਦੇਸੀ ਬਣ ਕੇ ਆਏ, ਓਏ ਸੇਠਾ ਅਸੀਂ ਨਹੀਂ ਜ਼ਮੀਨ ਸਾਂਭਣੀ ਤੇਰੀ, ਸਾਂਭ ਆਪਣੀ। ਇਹ ਕਹਿੰਦਾ ਮਹਾਰਾਜ ਮੈਂ ਭਾਵਨਾ ਬਣਾ ਕੇ ਆਇਆ, ਮੈਨੂੰ ਨਾ ਨਾ ਕਰਿਓ, ਹੁਣ ਮੈਂ ਭੇਟਾ ਕਰਨ ਆਇਆ, ਮੇਰੀ ਭੇਟਾ ਪ੍ਰਵਾਨ ਕਰ ਲਓ। ਮਹਾਰਾਜ ਕਹਿੰਦੇ ਬਾਕੀ ਸਾਂਭ ਆਪਣੀ, ਆ ਜਿੰਨੀ ਜਗ੍ਹਾ ਛੱਪਰੀਆਂ ਬਣੀਆਂ ਨੇ ਇੰਨੀ ਜਗ੍ਹਾ ਰਹਿਣ ਦੇ, ਬਾਕੀ ਸਾਂਭ ਆਪਣੀ ਬਸ। ਫਿਰ ਸੰਗਤ ਆਉਣ ਲੱਗ ਪਈ ਮਹਾਰਾਜ ਦੇ ਚਰਨਾਂ 'ਤੇ, ਬੜੀ ਸੰਗਤ ਆਈ, ਬੜਾ ਮੇਲਾ ਭਰਿਆ ਕਰੇ ਮਹਾਰਾਜ, ਤੁਹਾਡੇ ਆਉਣ ਕਰਕੇ ਰੌਣਕਾਂ ਲੱਗ ਗਈਆਂ, ਤੁਹਾਡੇ ਆਉਣ ਕਰਕੇ ਜੈ ਜੈਕਾਰਾਂ ਹੋ ਗਈਆਂ। ਮਹਾਰਾਜ ਪੁੱਛਣ ਵਾਲੇ ਪੁੱਛਦੇ ਨੇ ਇਸ ਜਗ੍ਹਾ ਦਾ ਨਾਮ ਕੀ ਰੱਖੀਏ। ਮਹਾਰਾਜ ਆਉਣ ਵਾਲੇ ਪੁੱਛਦੇ ਨੇ ਇਹ ਧਰਤੀ ਦਾ ਨਾਮ ਕੀ ਆ, ਨਾਮ ਕੀ ਰੱਖੀਏ, ਨਾਨਕਪੁਰਾ ਕਹੀਏ ਜਾਂ ਨਾਨਕਪੁਰੀ ਕਿਹਾ ਕਰੀਏ। ਮਹਾਰਾਜ ਕਹਿੰਦੇ ਨਾ ਨਾ ਨਾਨਕਪੁਰਾ ਨਾ ਨਾਨਕਪੁਰੀ, ਜਿੱਥੇ ਬਹਿ ਕੇ ਕਰਤਾਰ ਦਾ ਭਜਨ ਕੀਤਾ ਇਹ ਕਰਤਾਰਪੁਰ ਸਾਹਿਬ ਹੋਏਗਾ। ਆਖੋ ਸਤਨਾਮ। ਉਹ ਕਰਤਾਰਪੁਰ ਸਾਹਿਬ ਦੀ ਧਰਤੀ ਨੂੰ ਭਾਗ ਲਾਏ, ਧੰਨ ਗੁਰੂ ਨਾਨਕ ਜੀ ਆਏ, ਜੈ ਜੈਕਾਰਾਂ ਮਹਾਰਾਜ ਦੇ ਆਉਣ ਦਾ ਪ੍ਰਤਾਪ। ਅੱਜ ਆ ਜਿੰਨੇ ਦੀਵੇ ਜਗਦੇ ਨੇ ਪ੍ਰੇਮ ਦੇ, ਧੰਨ ਗੁਰੂ ਨਾਨਕ ਜੀ ਦੇ ਆਉਣ ਦਾ ਪ੍ਰਤਾਪ। ਆਓ ਆਪ ਨਾਰਾਇਣ ਕਲਾ ਤਹਾਰ, ਜਗ ਮੈਂ ਪਰਵਰਿਓ ਨਿਰੰਕਾਰ ਆਕਾਰ ਜੋਤ, ਜਗ ਮੰਡਲ ਕਰਿਓ। ਮੈਂ ਸਾਰੀ ਸੰਗਤ ਦਾ ਧੰਨਵਾਦ ਕਰਾਂ, ਕੱਲ੍ਹ ਵੀ ਬੜੀ ਇਕਾਗਰਤਾ ਵਿੱਚ ਬਹਿ ਕੇ ਪੌਣੇ ਦੋ ਘੰਟੇ ਕੱਲ੍ਹ ਵੀ ਲਾਹਾ ਲਿਆ, ਅੱਜ ਵੀ ਤਕਰੀਬਨ ਪੌਣੇ ਦੋ ਘੰਟੇ ਪੂਰੇ ਹੋਣ ਜਾ ਰਹੇ ਨੇ। ਮੈਂ ਸਾਰੀ ਸੰਗਤ ਦਾ ਧੰਨਵਾਦ ਕਰਾਂ, ਸਾਰੇ ਪ੍ਰਬੰਧਕਾਂ ਦਾ, ਸਾਰੇ ਸੇਵਾਦਾਰਾਂ ਦਾ। ਸਾਨੂੰ ਕਾਲ 'ਤੇ 7-8 ਸਾਲ ਹੋ ਗਏ ਜਾਂਦੀ ਇੱਥੋਂ ਕਾਲ। ਬਾਬਾ ਜੀ ਸਮਾਂ ਦਿਓ, ਸਮਾਂ ਦਿਓ, ਪਰ ਬਾਣੀ ਦਾ ਬਚਨ ਆ ਨਾ, ਨੱਕ ਨੱਥ ਖਸਮ ਹੱਥ ਕਿਰਤ ਤੱਕੇ ਦੇ, ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚ ਹੈ। ਕੱਲ੍ਹ ਵੀ ਤਿੰਨ ਪਾਸੇ ਹਾਜ਼ਰੀ ਭਰ ਕੇ ਅਸੀਂ ਹਾਜ਼ਰੀ ਭਰ ਕੇ ਗਏ ਹਾਂ, ਅੱਜ ਵੀ ਦਿਨੇ ਫਿਰ ਰਾਤ ਇੱਥੋਂ ਗਏ ਹਾਂ, 11:30 ਵੱਜ ਗਏ। ਸਵੇਰੇ 7 ਵਜੇ ਚਾਲਾ ਪਾਇਆ ਗਿੱਦੜ ਵਾਹੇ, ਭਗਤ ਨਾਮਦੇਵ ਜੀ ਮਹਾਰਾਜ ਉਹਨਾਂ ਦਾ ਅੱਜ ਅਵਤਾਰ ਦਿਹਾੜਾ ਸੀ ਅੱਜ ਦੇ ਦਿਨ, ਉੱਥੇ ਹਾਜ਼ਰੀ ਭਰੀ। ਫਿਰ ਕਨਵਰ ਗਰੇਵਾਲ ਜੀ ਨਾਲ ਪਿਆਰ ਆ ਕਈ ਸਾਲਾਂ ਦਾ, ਉਹਨਾਂ ਦੀ ਮਾਤਾ ਦਾ ਭੋਗ ਸੀ ਅੱਜ ਕਨਵਰ ਗਰੇਵਾਲ ਜੀ ਦਾ। ਫਿਰ ਉੱਥੇ ਵੀ 1.5 ਘੰਟਾ ਲੰਘ ਗਿਆ, ਉੱਥੋਂ ਮੇਰਾ ਖਿਆਲ ਆ ਅਸੀਂ 2:15 ਚੱਲੇ, 6:30 ਇੱਥੇ ਪਹੁੰਚੇ ਹਾਂ। ਤੁਹਾਡੀਆਂ ਸੀਸਾਂ ਨੇ, ਤੁਹਾਡਾ ਪਿਆਰ ਆ, ਚਲੋ ਚਾਲ ਚੱਲਦੀ ਹੈ ਜ਼ਿੰਦਗੀ। ਆ 13 ਵਿੱਚ ਸ਼ਬਦ ਗਾਇਆ, ਸਾਈਆਂ ਤੂੰ ਮੁੱਖੜਾ ਨਾ ਮੋੜੀ, ਮੈਂ ਕਹਿੰਦਾ ਹੰਬੇ ਪਿਆ ਕੀਰਤਨ ਕਰ ਕਰਕੇ। ਇੰਨਾ ਪਿਆਰ ਤੁਸੀਂ ਦਿੱਤਾ, ਇੰਨੀਆਂ ਸੀਸਾਂ, ਜਿਹੜਾ ਗਿਣਿਆ ਨਹੀਂ ਜਾਂਦਾ।
ਹੈ ਤੁਹਾਡਾ ਹੀ ਪ੍ਰੇਮ ਆ, ਤੁਹਾਡਾ ਪ੍ਰੇਮ ਦਾ ਕਰਜ਼ਾ ਪਤਾ ਨਹੀਂ ਕਿੰਨੇ ਕੁ ਜਨਮ ਜੇ ਲੰਘ ਜਾਣਗੇ ਲਾਉਂਦੇ ਹਾਂ। ਸੰਗਤਾਂ ਦਾ ਪ੍ਰੇਮ ਮਿਲੇ ਉਹ ਕੀਰਤਨੀਆਂ ਭਾਗਾਂ ਵਾਲਾ ਹੁੰਦਾ ਜਿਹਨੂੰ ਸੰਗਤ ਅਸੀਸਾਂ ਦੇਣ ਲੱਗ ਪਵੇ। ਐਵੇਂ ਖੋਰੇ ਮੇਰੇ ਵਰਗਾ ਮਾਣ ਕਰੀ ਫਿਰਦਾ ਹੋਵੇ ਪਤਾ ਨਹੀਂ ਮੇਰੇ ਕਰਕੇ ਇਕੱਠ ਹੋ ਜਾਂਦਾ ਨਹੀਂ, ਆਹ ਕਿਰਪਾ ਦੇ ਦਾਤੇ ਨੇ। ਧੰਨ ਸ਼੍ਰੀ ਗੁਰੂ, ਇਹ ਕਿਰਪਾ ਦੇ ਦਾਤੇ ਨੇ। ਹਉ ਕੁਰਬਾਨ ਜਾਈ ਤੇਰੇ ਨਾਵੈ, ਜਿਸਨੂੰ ਬਖਸ਼ ਲਹੇ ਮੇਰੇ ਪਿਆਰੇ ਸੋ ਜਸ ਤੇਰਾ ਗਾਵੈ। ਉਹਦੀ ਕਿਰਪਾ ਤੋਂ ਬਿਨਾਂ ਗਾਇਆ ਨਹੀਂ ਜਾਂਦਾ। ਜਿਨ੍ਹਾਂ ਉੱਤੇ ਮਾਲਕ ਆਪਣਾ ਮਿਹਰ ਦਾ ਹੱਥ ਧਾਰ ਦੇਣ, ਗੁਣ ਨਿਧਾਨ ਗੁਣ ਤਿੰਨ ਹੀ ਗਾਏ, ਜਾਂ ਕੋ ਕਿਰਪਾ ਧਾਰੀ। ਧੰਨ ਗੁਰੂ ਅਰਜਨ ਦੇਵ ਮਹਾਰਾਜ ਗਿਆਨ ਕਰਾਉਂਦੇ ਨੇ, ਆਪ ਜਪਾਏ ਜਪੈ ਸੋ ਨਾਓ, ਆਪ ਗਾਵਾਏ ਸੋ ਹਰ ਗੁਣ ਗਾਓ। ਮਾਲਕ ਕਿਰਪਾ ਕਰੇ ਤਾਂ ਨਾਮ ਜਪਿਆ ਜਾਂਦਾ, ਮਾਲਕ ਕਿਰਪਾ ਕਰ ਦੇਣ ਤਾਂ ਉਹਦਾ ਜਸ ਗਾਇਆ ਜਾਂਦਾ। ਆਓ ਹਉ ਕੁਰਬਾਨ ਜਾਈ ਤੇਰੇ ਨਾਵੈ, ਜਿਸਨੂੰ ਬਖਸ਼ ਲਹੇ ਮੇਰੇ ਪਿਆਰੇ ਸੋ ਜਸ ਤੇਰਾ। ਭਾਗਾਂ ਵਾਲਿਓ ਸਾਰੇ ਤੁਸੀਂ ਜੋ ਜਥੇਦਾਰ ਬਾਬਾ ਹਨੂੰਮਾਨ ਸਿੰਘ ਜੀ ਜਥੇਦਾਰ, ਮੈਂ ਆ ਕੇ ਜਦੋਂ ਬੋਰਡ ਪੜ੍ਹਿਆ ਨਾ ਜਥੇਦਾਰ ਬਾਬਾ ਹਨੂੰਮਾਨ ਸਿੰਘ ਜੀ, ਮੈਂ ਕਿਹਾ ਪਹਿਲੀ ਵਾਰੀ ਮੈਂ ਲਿਖਿਆ ਪੜ੍ਹਿਆ ਵੀ ਬਾਬਾ ਜੀ ਜਥੇਦਾਰ ਹੋਣ ਬਾਬਾ ਜੀ, ਨਹੀਂ ਤਾਂ ਖਿਮਾ ਕਰਿਓ ਝੱਲਣਾ ਔਖਾ ਹੋ ਜਾਂਦਾ। ਨਿੰਦਾ ਕਰਨ ਵਾਲਿਆਂ ਦੀ ਕਮੀ ਨਹੀਂ ਹੁੰਦੀ, ਪਰ ਬਾਬਾ ਜੀ ਮੈਂ ਕਹਿੰਦਾ ਵੱਡੀ ਘਾਲਣਾ। ਅਕਾਲ ਤਖ਼ਤ ਦੇ ਜਥੇਦਾਰ ਵੀ ਬਣੇ ਬਾਬਾ ਹਨੂੰਮਾਨ ਸਿੰਘ ਜੀ। ਇੰਨੀਆਂ ਜੈ ਜੈਕਾਰਾਂ ਨੇ ਇਸ ਅਸਥਾਨ ਦੀਆਂ ਜਿਹੜੀਆਂ ਗਿਣੀਆਂ ਨਹੀਂ ਜਾਂਦੀਆਂ। ਸਭ ਮਹਿਮਾ ਇਹ ਮਾਲਕ ਦੀ ਬੰਦਗੀ ਦਾ ਪ੍ਰਤਾਪ ਆ। ਪਤਾ ਨਹੀਂ ਆ ਧਰਤੀ ਦਾ ਕਿਹੜਾ ਕਰਮ ਜਾਗਣਾ ਸੀ, ਬਾਬਾ ਜੀ ਹੋਰੀ ਉਹ ਸ਼ਹੀਦੀ ਪਾ ਗਏ, ਜਾਨਾਂ ਵਾਰ ਗਏ। ਸ਼ਹੀਦੋਂ ਕੀ ਚਿਤਾਓਂ ਸੇ ਕਿਆ ਬਿਹਤਰ ਹੋਗਾ ਕਾਬਾ, ਉਨਕੀ ਖਾਕ ਪਰ ਤੋਂ ਖੁਦਾ ਵੀ ਕੁਰਬਾਨ ਹੋਤਾ ਹੈ। ਸਾਰੀ ਸੰਗਤ ਦਾ ਧੰਨਵਾਦ। ਫਿਰ ਕਿਤੇ ਦਾਣਾ ਪਾਣੀ ਬਣਿਆ, ਫਿਰ ਸਮਾਂ ਬਣਿਆ, ਹਾਜ਼ਰੀਆਂ ਭਰਾਂਗੇ। ਕੱਲ੍ਹ ਨੂੰ ਅਵਤਾਰ ਦਿਹਾੜੇ ਨੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ, ਕੱਲ੍ਹ ਨੂੰ ਵੀ ਤਿੰਨ ਪਾਸੇ ਹਾਜ਼ਰੀ ਭਰਨੀ ਆ। ਫਿਰ ਹਾਜ਼ਰੀ ਭਰ ਕੇ ਰਾਤੋ ਰਾਤ ਸ਼੍ਰੀ ਵਿਜੇਨਗਰ ਜਾਣਾ, ਰਾਤੋ ਰਾਤ 7-8 ਘੰਟੇ ਦਾ ਸਫ਼ਰ ਆ, ਉੱਥੇ 10-12 ਦਿਨੇ ਹਾਜ਼ਰੀ ਭਰ ਕੇ ਫਿਰ ਮੁੜ ਕੇ ਆਉਣਾ। ਸਭ ਮਾਲਕ ਮਿਹਰਾਂ ਕਰਦੇ ਰਹਿਣ, ਮਾਲਕ ਦੀ ਕਿਰਪਾ ਹੋਵੇ, ਆਓ ਸਾਡਾ ਆਉਣਾ ਬਹਿਣਾ ਪ੍ਰਵਾਨ ਹੋਵੇ, ਸਾਡੀ ਹਾਜ਼ਰੀ ਦਰਗਾਹ ਤੱਕ ਲੱਗੇ, ਜਿੱਥੇ ਸਾਰੇ ਗੁਰਮੁਖਾਂ ਦਾ, ਸਾਰੇ ਸੇਵਾਦਾਰਾਂ ਦਾ, ਸਾਰੇ ਪ੍ਰਬੰਧਕਾਂ ਦਾ ਧੰਨਵਾਦ ਕਰਾਂ। ਸਤਿਗੁਰੂ ਜੀ ਦਾ ਕੋਟਾਨ ਕੋਟਾਨ ਸ਼ੁਕਰਾਨਾ। ਹੋਈਆਂ ਤਮਾਮ ਭੁੱਲਾਂ ਦੀ ਖਿਮਾ। ਆਖਰੀ ਧਾਰਨਾ ਗੱਜ ਕੇ ਪੜਿਓ, ਸਾਈਆਂ ਤੂੰ ਮੁੱਖੜਾ ਨਾ ਮੋੜੀ। ਪ੍ਰੇਮ ਵਾਲੇ ਕਹਿਣਗੇ ਬਾਬਾ ਜੀ ਭਾਵੇਂ 2 ਵਾਰ ਗਾਇਓ ਭਾਵੇਂ 3 ਵਾਰ ਗਾਇਓ, ਮੈਂ ਕਹਿੰਦਾ ਵੀ ਹੁੰਦਾ ਨਾ ਅਸੀਂ ਗਾ ਗਾ ਕੇ ਥੱਕੇ ਹਾਂ, ਨਾ ਤੁਸੀਂ ਸੁਣ ਸੁਣ ਕੇ ਥੱਕੇ ਹੋ। ਪਤਾ ਨਹੀਂ ਉਹ ਕਿਹੜਾ ਕਰਮ ਸੀ, ਤਰਸ ਪਿਆ ਮਹਿਰਾਮਤ ਹੋਈ ਸਤਿਗੁਰ। ਪੜਿਓ ਫਿਰ ਪਿਆਰ ਨਾਲ ਗੱਜ ਕੇ, ਫਿਰ ਨਾਲ ਦੀ ਨਾਲ ਫਤਿਹ ਬੁਲਾਈਏ ਜੀ। ਮੁੱਖ ਦੁਨੀਆ ਮੋੜ ਲਵੇ, ਇੱਕ ਤੂੰ ਮੁੱਖੜਾ ਨਾ ਮੋੜੀ, ਮੋੜੀ ਮੁੱਖ ਦੁਨੀਆ, ਮੁੱਖ ਦੁਨੀਆ ਮੋੜ ਲਵੇ।
ਸਾਈਆਂ ਤੂੰ ਮੁਖੜਾ ਨਾ ਮੋੜੀ ਮਨੁੱਖ ਦੁਨੀਆ ਮੋੜ ਲਵੇ ਮੋੜੀ ਮੁੱਖ ਦੁਨੀਆ ਤੂੰ ਮੁਖੜਾ ਨਾ ਮੁੱਖ ਦੁਨੀਆ ਮੋੜ ਲਵੇ ਇੱਕ ਤੂੰ ਮੁਖੜਾ ਨਾ ਮੋੜੀ ਤੂੰ ਮੁਖੜਾ ਨਾ ਮੋੜੀ ਮੁਖੜਾ ਨਾ ਮੋੜੀ ਸਾਡੀ ਲੱਗੀ ਪ੍ਰੀਤੀ ਹਾਂ ਲੱਗੀ ਪ੍ਰੀਤੀ ਨੂੰ ਕਰੋ ਕਿਰਪਾ ਸਾਡੀ ਲੱਗੀ ਪ੍ਰੀਤੀ ਨੂੰ ਸਾਡੀ ਲੱਗੀ ਪ੍ਰੀਤੀ ਹਾਂ ਲੱਗੀ ਪ੍ਰੀਤੀ ਨੂੰ ਸਾਡੀ ਲੱਗੀ ਪ੍ਰੀਤੀ ਨੂੰ ਸਾਈਆਂ ਤੂੰ ਐਵੇਂ ਨਾ ਤੋੜੀ ਸਾਡੀ ਲੱਗੀ ਪ੍ਰੀਤੀ ਨੂੰ ਸਾਈਆਂ ਤੂੰ ਐਵੇਂ ਨਾ ਤੋੜੀ ਸਾਈਆਂ ਤੂੰ ਐਵੇਂ ਨਾ ਬੋਲੋ ਬੋਲੋ ਸਾਡੀ ਲੱਗੀ ਪ੍ਰੀਤੀ ਸਾਈਆਂ ਤੂੰ ਐਵੇਂ ਨਾ ਤੋੜੀ ਮੁੱਖ ਦੁਨੀਆ ਮੋੜ ਲਵੇ ਇੱਕ ਤੂੰ ਮੁਖੜਾ ਨਾ ਮੋੜੀ ਮੋੜੀ ਮੁੱਖ ਦੁਨੀਆ ਮੋੜ ਲਵੇ ਸਾਈਆਂ ਤੂੰ ਮੁਖੜਾ ਨਾ ਮੋੜੀ ਹਾਂ ਸਾਈਆਂ ਤੂੰ ਮੁਖੜਾ ਨਾ ਮੋੜੀ ਬੋਲਿਓ ਜੀ ਸਾਈਆਂ ਤੂੰ ਮੁਖੜਾ ਨਾ ਮੁੱਖ ਦੁਨੀਆ ਮੋੜ ਲਵੇ ਹਾਂਜੀ ਵਿਸਰ ਨਾਹੀਂ ਦਤਾਰ ਆਪਣਾ ਨਾਮ ਗੁਣ ਗਾਵਾਂ ਦਿਨ ਰਾਤ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਕਰਤ ਮਹਤ ਚੰਗਿਆਈਆਂ ਬੁਰਿਆਈਆਂ ਬਾਚੇ ਧਰਮ ਹਦੂਰ ਜਿੰਨੀ ਨਾਮ ਤੇ ਆਇਆ ਜੈ ਮਸਕਤ ਕਾਲ ਜਿੰਨੀ ਨਾਮ ਤੇ ਆਇਆ ਜੈ ਮਸਕਤ ਕਾਲ ਨਾਨਕ ਨਾਮ ਚੜ੍ਹਦੀ ਕਲਮ ਤੇਰੇ ਭਾਣੇ ਸਰਬੱਤ ਦਾ ਫਲ ਤੇਰੇ ਪਹਾਣੇ
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ ਵਾਹਿਗੁਰੂ ਜੀ ਕੀ ਫਤਿਹ। ਫਤਿਹ ਸਤਿ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਮਾਰੀ ਜੀਉ ਪਿੰਡ ਸਾਬ ਤੇਰਾ ਓ ਨਾਨਕ ਸਾਬ ਤੇਰੀ ਵਡਿਆਈ ਕੋਈ ਨਾ ਮੇਰਾ ਵਾਹਿਗੁਰੂ ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਅਰਦਾਸ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਮੀ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਤ ਗੁਰ ਅਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਹਰਜਨ ਹਰ ਗੋਬਿੰਦਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਬਦ ਹੁਜਾਏ ਤੇਗ ਬਹਾਦਰ ਸਿਮਰਿਆ ਕਰਨ ਔਨ ਦੇ ਆਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਕੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਜੀ ਕਾ ਧਿਆਨ ਧਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਤੇਰਾ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅਣਡਿਲ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੀ ਤਸੀਸ ਦਿੱਤੀ ਬੰਧ ਬੰਧ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜ੍ਹੇ ਤਾਂ ਨਾਰਿਆਂ ਨਾਲ ਚਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕਿੱਸਾ ਸਵਾਸਾਂ ਸੰਗ ਨਿਭਾਈ ਤਿਨ੍ਹਾਂ ਦੀ ਪਵਿੱਤਰ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਤੇ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤ ਆਵੈ ਚਿਤ ਆਵਨ ਕਾ ਸਦਕਾ ਸਰਵ ਸੁਖੋਂ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਹਿ ਤਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਈ ਖਾਲਸੇ ਜੀ ਕੀ ਬੋਲਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਸਾਹਾ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝਾਂਡੇ ਵੋਂਗੇ ਜੋਗੋ ਜੋਗਾ ਟਲ ਧਰਮ ਕਾ ਜੈਕਾਰ ਖਾਲਸਾ ਜੀ ਬੋਲੋ ਜੀ ਆਪ ਦੇ ਸਿੱਖਾਂ ਦਾ ਮਨ ਨੀਮਾ ਮਤ ਉੱਚੀ ਮਤ ਪਤ ਦਾ ਰਾਖਾ ਪ ਅਕਾਲ ਪੁਰਖ ਵਾਹਿਗੁਰੂ ਜੀ ਹੇ ਨਿਮਾਣਿਆਂ ਦੇ ਮਾਣ ਸਤਿਗੁਰੂ ਨਿਤਾਣਿਆਂ ਦੇ ਤਾਣ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਓ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਓ ਆਪ ਜੀ ਦੇ ਚਰਨ ਕਮਲਾਂ ਪਾਸ ਨਿਮਰਤਾ ਸਹਿਤ ਅਰਦਾਸ ਬੇਨਤੀ ਹੈ ਸਤਿਗੁਰੂ ਜੀ ਆਪ ਜੀ ਦੇ ਦਰੋਂ ਘਰੋਂ ਵਰਸਾਈ ਧੰਨ ਧੰਨ ਅਮਰ ਸ਼ਹੀਦ ਸਿੰਘ ਸਾਹਿਬ ਜਥੇਦਾਰ ਬਾਬਾ ਹਨੂੰਮਾਨ ਸਿੰਘ ਜੀ ਅਤੇ ਅਨੇਕ ਸ਼ਹੀਦ ਸਿੰਘਾਂ ਦੇ ਪਾਵਨ ਅਤੇ ਪਵਿੱਤਰ ਸਥਾਨ ਗੁਰਦੁਆਰਾ ਸਿੰਘ ਸ਼ਹੀਦਾਂ ਵਿਖੇ ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਭਲੋਆ
ਸੁਣੀ ਅਰਦਾਸ ਸੁਆਮੀ ਮੇਰਾ ਸਰਬ ਕਲਾ ਬਣਿਆਈ ਪ੍ਰਗਟ ਭਈ ਸਗਲੇ ਜੁਗ ਅੰਤਰ ਗੁਰੂ ਨਾਨਕ ਕੀ ਵਡਿਆਈ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਉਹ ਆਪ ਜੀ ਦੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦਿਆਂ ਹੋਇਆਂ ਕਈ ਰੋਂ ਤੋਂ ਗੁਰਮਤਿ ਸਮਾਗਮ ਚੱਲ ਰਹੇ ਹਨ ਸਤਿਗੁਰੂ ਜੀ ਇਸ ਵੇਲੇ ਰਾਤਰੀ ਦੇ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਦੇ ਅੰਦਰ ਹਰ ਜਸ ਕੀਰਤਨ ਗੁਰਮਤਿ ਵਿਚਾਰਾਂ ਹੋਈਆਂ ਇੰਨੇ ਸਮੇਂ ਅੰਦਰ ਆਪ ਜੀ ਦੇ ਬੱਚਿਆਂ ਕੋਲੋਂ ਹਰ ਜਸ ਕੀਰਤਨ ਕਰਦੇ ਹਾਂ ਗੁਰਮਤਿ ਵਿਚਾਰਾਂ ਕਰਦੇ ਹਾਂ ਅਤੇ ਆਪ ਜੀ ਦੇ ਦਰ ਦੀ ਸੇਵਾ ਕਰਦਿਆਂ ਹੋਇਆਂ ਅਨੇਕਾਂ ਹੀ ਪ੍ਰਕਾਰ ਦੀਆਂ ਗਲਤੀਆਂ ਤਰੁੱਟੀਆਂ ਭੁੱਲਾਂ ਹੋਈਆਂ ਹੋਣਗੀਆਂ ਅਣਜਾਣ ਬੱਚੇ ਸਮਝ ਕੇ ਮਾਫ਼ ਕਰਨਾ ਅੱਗੋਂ ਵਾਸਤੇ ਪਿਆਰ ਸਤਿਕਾਰ ਦੇ ਨਾਲ ਗੁਰਬਾਣੀ ਪੜ੍ਹਨ ਅਤੇ ਸੇਵਾ ਕਰਨ ਦੀ ਬਲ ਬੁੱਧੀ ਬਖਸ਼ਿਸ਼ ਕਰਨੀ ਸਰਬੱਤ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਦਰ 'ਤੇ ਪ੍ਰਵਾਨ ਕਰਨੀਆਂ ਸਭਨਾਂ ਦੇ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਵਰਤਾਉਣੀ ਸਭਨਾਂ ਦੀਆਂ ਮਨੋਕਾਮਨਾਵਾਂ ਗੁਰਮਤਿ ਅਨੁਸਾਰ ਪੂਰੀਆਂ ਕਰਨੀਆਂ ਸਤਿਗੁਰੂ ਜੀ ਆਪ ਜੀ ਦੀ ਹਜ਼ੂਰੀ ਅੰਦਰ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ ਆਪ ਜੀ ਭੋਗ ਲਾਓ ਲੱਗਿਆ ਹੋਇਆ ਭੋਗ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤੇ ਜੋ ਜੀਵ ਸ਼ਕੇ ਸਤਨਾਮ ਸ੍ਰੀ ਵਾਹਿਗੁਰੂ ਜਪੀ ਕਰੋ ਕਿਰਪਾ ਚੱਲਦੇ ਹੋਏ ਗੁਰਬਾਣੀ ਦੇ ਪ੍ਰਵਾਹ ਵਿੱਚੋਂ ਆਪਣੇ ਹੁਕਮਨਾਮੇ ਬਖਸ਼ ਕੇ ਸੰਗਤਾਂ ਨੂੰ ਨਦਰੋ ਨਦਰ ਨਿਹਾਲ ਕਰੋ ਜੀ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤੇ ਆਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੀ ਭਾਣੀ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਕੋਈ ਚਲਨ ਕਹਤ ਹੈ ਊਹਾਂ ਨਾ ਜਾ ਨਉ ਬੈਕੁੰਠ ਹੈ ਕਹਾਂ ਰਹਾ ਆਪ ਆਪ ਕਾ ਮਰਮ ਨਾ ਜਾਨਾ ਬਾਤ ਨਹੀਂ ਬੈਕੁੰਠ ਬਖਾਨਾ ਜਬ ਲਗ ਮਨ ਬੈਕੁੰਠ ਕੀ ਆਸ ਤਬ ਲਗ ਨਾਹੀਂ ਚਰਨ ਨਿਵਾਸ ਖਾਈ ਕੋਟ ਨਾ ਪਰਲਪ ਗਾਰਾ ਨਾ ਜਾਨਾ ਬੈਕੁੰਠ ਦੁਆਰਾ ਕਹਿ ਕਬੀਰ ਅਬ ਕਹੀਐ ਕਾਹੇ ਸਾਧ ਸੰਗਤ ਬੈਕੁੰਠ ਆਹੇ ਕਿਉ ਲੀਜੈ ਗੱਡ ਬੰਕਾ ਭਾਈ ਦੋ ਵਰ ਕੋਟ ਅਰ ਤੀਵਰ ਖਾਈ ਰਹਾਉ ਪਾਂਚ ਪੱਚੀ ਸਮੂਹ ਮਦ ਮਤਸਰ ਆਡੀ ਪਰ ਬਲ ਮਾਇਆ ਜਨ ਕਬੀਰ ਕੋ ਜੋਰ ਨਾ ਪਹੁੰਚੈ ਕਹਾਂ ਕਰੋ ਰਗੋ ਰਾਇਆ ਕਾਮ ਕਿਵਾਰੀ ਦੁੱਖ ਸੁਖ ਦਰਵਾਨੀ ਪਾਪ ਪੁੰਨ ਦਰਵਾਜਾ
ਕ੍ਰੋਧ ਪ੍ਰਧਾਨ ਮਹਾਬੜ ਦੁੰਦਰ ਤਹਿ ਮਨ ਮਾਵਾਸੀ ਰਾਜਾ ਸਵਾਦ ਸਨਾਹ ਟੋਪ ਮਮਤਾ ਕੋ ਕਬੁੱਧ ਕਮਾਨ ਚੜ੍ਹਾਈ।